ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਹਿਲੇ ਦਰਸ਼ਕੋ, ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਜੋ ਆਇਆ ਸੀ ਅਜੇ ਤੱਕ ਪ੍ਰਵਾਨ ਨਹੀਂ ਹੋਇਆ। ਵਰਕਿੰਗ ਕਮੇਟੀ ਨੂੰ ਐਡਰੈਸ ਕੀਤਾ ਸੀ, ਵਰਕਿੰਗ ਕਮੇਟੀ ਦੀ ਅੱਜ ਮੀਟਿੰਗ ਹੋਈ, 4 ਘੰਟੇ ਮੀਟਿੰਗ ਚੱਲੀ, ਕਈ ਮਸਲੇ ਜਿਹੜੇ ਉਹ ਚ ਵਿਚਾਰੇ ਗਏ, ਲੇਕਿਨ ਅਸੀਂ ਜਿਹੜੀ ਗੱਲ ਕਰਨੀ ਹੈ ਅੱਜ ਇਸ ਪ੍ਰੋਗਰਾਮ ਦੇ ਵਿੱਚ, ਉਹ ਜਿਹੜਾ ਪਹਿਲਾ ਮਸਲਾ ਵਰਕਿੰਗ ਕਮੇਟੀ ਚ ਵਿਚਾਰਿਆ ਗਿਆ ਸੁਖਬੀਰ ਬਾਦਲ ਦੇ ਅਸਤੀਫੇ ਦਾ, ਉਹ ਨਾ ਤਾਂ ਰੱਦ ਕੀਤਾ ਗਿਆ ਤੇ ਨਾ ਹੀ ਪ੍ਰਵਾਨ ਕੀਤਾ ਗਿਆ। ਕੀ ਕਿਹਾ ਕਾਰਜਕਾਰੀ ਪ੍ਰਧਾਨ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੇ? ਭੁੰਦੜ ਸਾਹਿਬ ਕਹਿਣ ਲੱਗੇ ਕਿ ਹਾਲੇ ਅਸੀਂ ਇਹਨਾਂ ਦੀ ਹੋਰ ਜਿਹੜੇ ਮੀਟਿੰਗਾਂ ਕਰਕੇ ਫੀਡਬੈਕ ਲੈਣੀ ਹੈ, ਜ਼ਿਲ੍ਹਾ ਜਥੇਦਾਰਾਂ ਦੀ ਮੀਟਿੰਗ ਕਰਨੀ ਹੈ, ਜ਼ਿਲ੍ਹਾ ਵਾਈਜ਼ ਅਸੀਂ ਫੀਡਬੈਕ ਲਵਾਂਗੇ, ਪੁੱਛਾਂਗੇ ਜਥੇਦਾਰਾਂ ਨੂੰ, ਜ਼ਿਲ੍ਹਾ ਪ੍ਰਧਾਨਾਂ ਨੂੰ, ਤੇ ਫਿਰ ਨਾਲ ਹਲਕਾ ਵਾਈਜ਼ ਵੀ ਉਹਨਾਂ ਨੇ ਕਿਹਾ। ਮਤਲਬ ਕਿ ਇਹ ਗੱਲ ਉਹਨਾਂ ਨੇ ਲਮਕਾ ਦਿੱਤੀ ਹੈ। ਤੁਹਾਡੇ ਯਾਦ ਹੋ ਪਿਆਰੇ ਦਰਸ਼ਕੋ, ਮੈਂ ਇਹ ਕਿਹਾ ਸੀ ਉਦੋਂ, ਬਲਕਿ ਕਈ ਇੱਕ ਦੋ ਬੰਦਿਆਂ ਨੇ ਇਤਰਾਜ਼ ਵੀ ਕੀਤਾ ਸੀ ਜਦੋਂ ਮੈਂ ਇਹ ਕਿਹਾ ਸੀ ਕਿ ਇਹ ਅਸਤੀਫਾ ਮੈਨੂੰ ਇੱਕ ਸਿਆਸੀ ਡਰਾਮੇ ਤੋਂ ਵੱਧ ਕੁਛ ਨਹੀਂ ਲੱਗਦਾ, ਤੇ ਇਹ ਵੀ ਕਿਹਾ ਸੀ ਕਿ ਹੋ ਸਕਦਾ ਕਿ ਅਸਤੀਫਾ ਪ੍ਰਵਾਨ ਨਾ ਹੋਵੇ, ਜਾਂ ਹੋ ਸਕਦਾ ਜਿਵੇਂ ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਕਿ ਅਸੀਂ ਨਵੇਂ ਸਿਰੇ ਤੋਂ ਭਰਤੀ ਕਰ ਰਹੇ ਹਾਂ ਤੇ ਉਦੋਂ ਬਾਅਦ ਜਿਹੜਾ ਹੈ ਅਸੀਂ ਡੈਲੀਗੇਟਸ ਬਣਨਗੇ ਤੇ ਹੋ 14 ਦਸੰਬਰ ਤੱਕ ਦੁਬਾਰਾ ਜਿਹੜਾ ਹੈ ਇਹ ਪ੍ਰਕਿਰਿਆ ਪੂਰੀ ਕਰਕੇ ਪ੍ਰਧਾਨ ਬਣਾਉਣਾ ਹੈ, ਤੇ ਫਿਰ ਜੇ ਇਹੀ ਸਾਰਾ ਕੁਛ ਹੋਣਾ ਹੈ ਤਾਂ ਕੋਈ ਜ਼ਿਆਦਾ ਫਰਕ ਨਹੀਂ ਪੈਣ ਲੱਗਿਆ। ਇਹ ਬਹਿਜ ਇੱਕ ਜਿਹੜੀ ਸਿਆਸੀ ਤੌਰ ਤੇ ਇੱਕ ਨਾਟਕਬਾਜ਼ੀ ਹੀ ਮੰਨੀ ਜਾ ਸਕਦੀ ਹੈ, ਉਸ ਵੇਲੇ ਇਹ ਗੱਲ ਕਹੀ ਗਈ ਸੀ। ਖੈਰ, ਜੋ ਅੱਜ ਵਰਕਿੰਗ ਕਮੇਟੀ ਚ ਹੋਇਆ, ਅਸਤੀਫਾ ਪ੍ਰਵਾਨ ਨਹੀਂ ਹੋਇਆ, ਤੇ ਇਹ ਵੀ ਨਹੀਂ ਕਿਹਾ ਕਿ ਅਸੀਂ ਰੱਦ ਕਰਦੇ ਹਾਂ, ਗੱਲ ਨੂੰ ਲਮਕਾਇਆ ਗਿਆ, ਇਹ ਕੀ ਰਣਨੀਤੀ ਹੈ, ਇਸ ਨੂੰ ਕਿਵੇਂ ਸਮਝਿਆ ਜਾਵੇ, ਉਹ ਤੇ ਚਰਚਾ ਕਰ ਰਹੇ ਹਾਂ। ਤੇ ਚਰਚਾ ਕਰਨ ਲਈ ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਨੇ ਇਸ ਵਕਤ, ਉਹਨਾਂ ਦਾ ਮੈਂ ਤੁਹਾਡੇ ਨਾਲ ਤਾਰਫ ਕਰਾਵਾਂ। ਸਾਡੇ ਨਾਲ ਸਰਦਾਰ ਪਰਮਜੀਤ ਸਿੰਘ ਸਹੌਲੀ ਸਾਹਿਬ ਇਸ ਪ੍ਰੋਗਰਾਮ ਚ ਸ਼ਾਮਿਲ ਨੇ। ਸਹੌਲੀ ਸਾਹਿਬ ਜਿਹੜਾ ਅਕਾਲੀ ਦਲ ਸੁਤੰਤਰ ਹੈ ਉਹਦੇ ਪ੍ਰਧਾਨ ਨੇ। ਸੁਖਵਿੰਦਰ ਸਿੰਘ ਔਲਖ ਸਾਹਿਬ ਸਾਡੇ ਨਾਲ ਸ਼ਾਮਿਲ ਨੇ, ਇਹ ਸੁਧਾਰ ਲਹਿਰ ਵੱਲੋਂ, ਜਿਹਨਾਂ ਨੂੰ ਕਿਹਾ ਸੀ, ਜਿਹਨਾਂ ਨੇ ਬੜੇ ਸਵਾਗਤ ਕੀਤਾ, ਉਦੋਂ ਵੀ ਇਹ ਗੱਲ ਕਹੀ ਗਈ ਸੀ ਵੀ ਕੋਈ ਦਬਾਅ ਨਹੀਂ ਲੱਗਦਾ, ਇਹ ਇੱਕ ਰਣਨੀਤੀ ਹੋ ਸਕਦੀ ਹੈ। ਉਸ ਲਹਿਰ ਵੱਲੋਂ ਸੁਖਵਿੰਦਰ ਸਿੰਘ ਔਲਖ ਸਾਹਿਬ ਨੇ, ਤੇ ਸਾਡੇ ਨਾਲ ਕਰਨੈਲ ਸਿੰਘ ਪੀ ਮੁਹੰਮਦ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੇ ਉਹ ਜੁੜਨਗੇ, ਤੇ ਨਾਲ ਸਾਡੇ ਦੋ ਟਿੱਪਣੀਕਾਰ ਨੇ, ਸਿੱਖ ਚਿੰਤਕ ਉਪਜੀਤ ਸਿੰਘ ਬਰਾੜ ਸਾਹਿਬ ਨੇ ਤੇ ਐਡਵੋਕੇਟ ਪ੍ਰਿਤਪਾਲ ਸਿੰਘ ਭੰਨੂ ਸਾਹਿਬ ਸਾਡੇ ਨਾਲ ਕਰਨਾਲ ਤੋਂ ਜੁੜੇ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ। ਭੰਨੂ ਸਾਹਿਬ, ਕਿਵੇਂ ਲੱਗਦਾ ਇਹ ਸਾਰੀ ਕਹਾਣੀ ਨੂੰ, ਕਿਵੇਂ ਦੇਖ ਰਹੇ ਹੋ ਤੁਸੀਂ? ਵਾਲੀਆ ਸਾਹਿਬ, ਗੱਲ ਇਹ ਹੈ ਕਿ ਜਿਹੜਾ ਇਹ ਅਸਤੀਫਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਦਿੱਤਾ ਆ, ਇਹ ਆਪਣੇ ਦੋਨਾਂ ਹੱਥਾਂ ਦੇ ਵਿੱਚ ਲੱਡੂ ਰੱਖਣ ਵਾਲੀ ਗੱਲ ਜਿਹੜੀ ਆ ਉਹ ਨਜ਼ਰ ਆਉਂਦੀ ਹੈ, ਉਂਗਲੀ ਕਟਾ ਕੇ ਸ਼ਹੀਦ ਹੋਣ ਵਾਲੀ ਗੱਲ ਜਿਹੜੀ ਆ ਮੈਨੂੰ ਨਜ਼ਰ ਆਉਂਦੀ ਹੈ ਕਿ ਜਿਹੜਾ ਇਸ ਟਾਈਮ ਸਮੁੱਚੀ ਕੌਮ ਦੇ ਤਰਫੋਂ ਦਬਾਅ ਪੈ ਰਿਹਾ, ਹਰ ਪਾਸਿਓਂ ਵਿਰੋਧ ਹੋ ਰਿਹਾ। ਮੈਂ ਕੌਮ ਦੇ ਸਾਹਮਣੇ ਸੱਚਾ ਵੀ ਹੋ ਜਾਂ ਕਿ ਮੈਂ ਤਾਂ ਅਸਤੀਫਾ ਦੇ ਦਿੱਤਾ ਹੈ, ਲੇਕਿਨ ਵਰਕਿੰਗ ਕਮੇਟੀ ਜਿਹੜੀ ਹੈ ਉਹਨੇ ਅਸਤੀਫਾ ਮਨਜ਼ੂਰ ਨਹੀਂ ਕੀਤਾ। ਤੇ ਵਰਕਿੰਗ ਕਮੇਟੀ ਕਿਹਦੀ ਹੈ? ਵਰਕਿੰਗ ਕਮੇਟੀ ਵੀ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਹੋਈ ਹੈ, ਉਹਨਾਂ ਦੇ ਨਾਲ ਚੱਲਦੀ ਹੈ।
ਜੇ ਵਰਕਿੰਗ ਕਮੇਟੀ ਦੇ ਵਿੱਚੋਂ ਜਿਹੜੇ ਬੰਦੇ ਵਿਰੋਧ ਕਰਨ ਵਾਲੇ ਸੀ ਉਹਨਾਂ ਨੇ ਆਪਣਾ ਵੱਖਰਾ ਜਿਹੜਾ ਸੁਧਾਰ ਲਹਿਰ ਬਣਾ ਲਈ ਉਹ ਬਾਹਰ ਚਲੇ ਗਏ, ਉਹਨਾਂ ਨੇ ਵੱਖਰਾ ਬਣਾ ਲਿਆ ਤੇ ਰਹਿ ਗਏ ਕੇਵਲ ਉਹ ਜਿਹੜੇ ਸੁਖਬੀਰ ਸਿੰਘ ਬਾਦਲ ਨਾਲ ਸਹਿਮਤ ਸਨ। ਸੋ ਜਿਹੜੇ ਸਹਿਮਤ ਸਨ, ਜਿਹੜਾ ਤੁਸੀਂ ਪਿਛਲੀ ਚਰਚਾ ਪ੍ਰੋਗਰਾਮ ਵਿੱਚ ਕਿਹਾ ਸੀ ਉਹ ਗੱਲ ਬਿਲਕੁਲ ਉਹੀ ਹੈ ਕਿ ਅਸਤੀਫਾ ਮਨਜ਼ੂਰ ਹੋਵੇਗਾ, ਇਹਦੇ ਤੇ ਵੀ ਸਵਾਲੀਆ ਨਿਸ਼ਾਨ ਨੇ। ਸੋ ਮੈਨੂੰ ਇਹ ਲੱਗਦਾ ਕਿ ਉਹੀ ਹੈ, ਇਹ ਅਸਤੀਫਾ ਮਨਜ਼ੂਰ ਹੋਣ ਦੀ ਬਜਾਏ ਹੁਣ ਇਹ ਜਾਊਗਾ ਬਲਾਕ ਪ੍ਰਧਾਨਾਂ ਕੋਲ, ਜ਼ਿਲ੍ਹਾ ਪ੍ਰਧਾਨਾਂ ਕੋਲ, ਤੇ ਉੱਥੋਂ ਵੀ ਇਹੀ ਜਵਾਬ ਆਉਣਾ ਜੇ ਨਹੀਂ ਅਸਤੀਫਾ ਮਨਜ਼ੂਰ ਨਾ ਕੀਤਾ ਜਾਵੇ। ਤੇ ਇਸ ਬਹਾਨੇ ਇਹ ਜਿਹੜਾ ਦਿਖਾਇਆ ਜਾਊਗਾ ਕਿ ਦੇਖੋ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਹੜਾ ਅਕਾਲੀ ਦਲ ਦਾ ਕੇਡਰ ਜਿਹੜਾ ਪੂਰੀ ਤਰ੍ਹਾਂ ਸਹਿਮਤ ਹੈ, ਅਕਾਲੀ ਦਲ ਦਾ ਹਰ ਇੱਕ ਮੈਂਬਰ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿੱਚ ਯਕੀਨ ਰੱਖਦਾ ਹੈ। ਇਸ ਕਰਕੇ ਸਾਰਿਆਂ ਦੀ ਭਾਵਨਾਵਾਂ ਨੂੰ ਧਿਆਨ ਰੱਖਦੇ ਹੋਏ ਅਸੀਂ ਜਿਹੜਾ ਇਹ ਅਸਤੀਫਾ ਨਾਮਨਜ਼ੂਰ ਕਰਦੇ ਹਾਂ, ਮੈਨੂੰ ਇਹ ਹੁੰਦਾ ਨਜ਼ਰ ਆ ਰਿਹਾ ਆਉਣ ਵਾਲੇ ਦਿਨਾਂ ਵਿੱਚ। ਮੇਰਾ ਇਹ ਮੰਨਣਾ ਕਿ ਇਹ ਬੜੀ ਵੱਡੀ ਕਮਜ਼ੋਰੀ ਹੈ, ਜਦੋਂ ਗੱਲ ਪੰਥ ਦੀ ਹੋਵੇ, ਜਦੋਂ ਕੌਮ ਦੀ ਹੋਵੇ, ਉਦੋਂ ਤਿਆਗ ਜਿਹੜਾ ਉਹ ਦਿਲੋਂ ਹੋਣਾ ਚਾਹੀਦਾ, ਉਹ ਸਿਆਸੀ ਤਿਆਗ ਨਹੀਂ ਹੋਣਾ ਚਾਹੀਦਾ। ਜੇ ਤੁਹਾਡੇ ਅਸਤੀਫਾ ਦੇਣ ਦੇ ਨਾਲ, ਜੇ 5 ਸਾਲ 10 ਸਾਲ 8 ਸਾਲ ਕੋਈ ਪਿਛਾਂ ਹੋਣ ਦੇ ਨਾਲ ਜੇ ਕੌਮ ਇਕੱਠੀ ਹੁੰਦੀ ਹੈ, ਜਿਹੜੇ ਅਕਾਲੀ ਧੜੇ ਨੇ ਉਹ ਇਕੱਠੇ ਹੁੰਦੇ ਹੈ, ਕੌਮ ਜਿਸ ਮਾੜੇ ਹਾਲਾਤਾਂ ਚੋਂ ਚੱਲ ਰਹੀ ਹੈ ਉਹਨਾਂ ਹਾਲਾਤਾਂ ਚੋਂ ਬਾਹਰ ਆਉਂਦੀ ਹੈ, ਤੇ ਮੈਨੂੰ ਲੱਗਦਾ ਕਿ ਅਸਤੀਫਾ ਜਿਹੜਾ ਇਹ ਡਰਾਮਾ ਨਹੀਂ ਸੀ ਹੋਣਾ ਚਾਹੀਦਾ, ਇਹ ਅਸਤੀਫਾ ਹੋਣਾ ਚਾਹੀਦਾ ਸੀ ਪਹਿਲੇ ਦਿਨ ਹੀ, ਹੋ ਜਾਣਾ ਚਾਹੀਦਾ ਸੀ ਜਿੱਦਣ ਵਿਵਾਦ ਸ਼ੁਰੂ ਹੋਏ ਸਨ। ਉਹ ਤਿਆਗ ਨਾਲ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਇਮੇਜ ਵੀ ਸੁਧਰਦੀ, ਉਹ ਇਮੇਜ ਹੋਰ ਵਧੀਆ ਬਣਦੀ, ਲੋਕਾਂ ਦੇ ਵਿੱਚ ਇੱਕ ਚੰਗੀ ਇਮੇਜ ਜਾਂਦੀ ਕਿ ਨਾਲ ਦੀ ਨਾਲ ਅਸਤੀਫਾ ਦੇ ਦਿੱਤਾ। ਪਰ ਪ੍ਰੋਬਲਮ ਕੀ ਹੈ ਵਾਲੀਆ ਸਾਹਿਬ, ਪ੍ਰੋਬਲਮ ਇਹ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ 1920 ਵਿੱਚ ਬਣਾਇਆ ਗਿਆ ਸੀ ਉਹ ਪੂਰੇ ਪੰਥ ਦੀ ਨੁਮਾਇੰਦੀ ਕਰਨ ਵਾਲਾ ਅਕਾਲੀ ਦਲ ਸੀ। ਉਸ ਤੋਂ ਬਾਅਦ ਸਮਾਂ ਆਇਆ ਜਦੋਂ ਅਕਾਲੀ ਦਲ ਦੇ ਪਿੱਛੇ ਬਰੈਕਟਾਂ ਦੇ ਵਿੱਚ ਬਾਦਲ ਲੱਗ ਗਿਆ, ਯਾਨੀ ਉਹ ਕੌਮ ਦੇ ਪੰਥ ਦੇ ਅਕਾਲੀ ਦਲ ਤੋਂ ਇੱਕ ਪਰਿਵਾਰ ਦਾ ਅਕਾਲੀ ਦਲ ਬਣ ਗਿਆ। ਉਸ ਤੋਂ ਬਾਅਦ ਫਿਰ ਜਿਹੜੇ ਹੋਰ ਅਕਾਲੀ ਦਲ ਹੋਂਦ ਵਿੱਚ ਆਏ ਉਹਨਾਂ ਨੇ ਵੀ ਬਰੈਕਟਾਂ ਦੇ ਵਿੱਚ, ਕਿਸੇ ਨੇ ਅੰਮ੍ਰਿਤਸਰ ਨਾਲ ਲਾ ਲਿਆ, ਕਿਸੇ ਨੇ 1920 ਲਾ ਲਿਆ, ਅਕਾਲੀ ਦਲ ਸੁਤੰਤਰ ਦੇ ਨਾਮ ਤੋਂ ਹੋ ਗਿਆ, ਹੁਣ ਸੁਧਾਰ ਲਹਿਰ ਨਵਾਂ ਆ ਗਿਆ। ਜਿਵੇਂ 12 ਮਿਸਲਾਂ ਸਨ, ਵੱਖ ਵੱਖ ਮਿਸਲਾਂ ਬਣ ਗਈਆਂ ਸਨ, ਪੂਰੇ ਦਲ ਖਾਲਸਾ ਦੀਆਂ, ਪੂਰੀ ਕੌਮ ਦੀਆਂ ਵੱਖ ਵੱਖ ਮਿਸਲਾਂ ਬਣ ਗਈਆਂ ਸਨ। ਅੱਜ ਇਹ ਹੈ ਕਿ ਕਿਸੇ ਦਾ ਦਾਇਰਾ ਛੋਟਾ ਹੋਊਗਾ, ਕਿਸੇ ਦਾ ਵੱਡਾ ਹੋਊਗਾ, ਲੇਕਿਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਸਮੁੱਚੇ ਪੰਥ ਦੀ ਨੁਮਾਇੰਦਗੀ ਕਰਦਾ ਸੀ, ਉਹ ਸ਼੍ਰੋਮਣੀ ਅਕਾਲੀ ਦਲ ਕਿਧਰੇ ਗੁਆਚ ਗਿਆ ਇਹਨਾਂ ਚੀਜ਼ਾਂ ਦੇ ਵਿੱਚ। ਇਹ ਰਿਵਾਈਵ ਹੋ ਸਕਦਾ ਸੀ, ਹੁਣ ਵੀ ਹੋ ਸਕਦਾ ਜੇ ਤਿਆਗ ਦੀ ਭਾਵਨਾ ਜਿਹੜੀ ਹੈ ਉਹ ਆਵੇ, ਲੇਕਿਨ ਉਹ ਕਿਧਰੇ ਨਜ਼ਰ ਨਹੀਂ ਆ ਰਹੀ। ਇਹ ਜੋ ਕੁਝ ਹੋ ਰਿਹਾ ਸਿਆਸੀ ਡਰਾਮਾ, ਮੈਂ ਇਹਨੂੰ ਸਿਆਸੀ ਡਰਾਮੇ ਦੇ ਤੌਰ ਤੇ ਦੇਖ ਰਿਹਾ। ਇਹ ਇੱਕ ਸਾਬਿਤ ਕਰਨ ਦੀ ਕੋਸ਼ਿਸ਼ ਹੈ ਕਿ ਦੇਖੋ ਜੀ ਕੇਡਰ ਜਿਹੜਾ ਥੱਲਿਓਂ ਲੈ ਕੇ ਉੱਤੋਂ, ਲੇਕਿਨ ਸਾਰਾ ਕੇਡਰ ਜਿਹੜਾ ਮੇਰੇ ਨਾਲ ਸਹਿਮਤ ਹੈ। ਪਰ ਗੱਲ ਜਿਹੜੇ ਛੱਡ ਕੇ ਗਏ ਉਹਨਾਂ ਨੂੰ ਛੱਡ ਕੇ ਜਾਣ ਦੀ ਨੌਬਤ ਕਿਉਂ ਆਈ? ਸੋ ਮੈਨੂੰ ਲੱਗਦਾ ਕਿ ਇਹ ਸਾਰਾ ਇੱਕ ਸੋਚੀ ਸਮਝੀ ਜਿਹੜੀ ਹੈ ਉਹਦੇ ਤਹਿਤ, ਰਣਨੀਤੀ ਦੇ ਤਹਿਤ ਜਿਹੜਾ ਕੀਤਾ ਜਾ ਰਿਹਾ। ਬਿਲਕੁਲ ਪੰਨੂ ਸਾਹਿਬ, ਜਿਹੜੀ ਗੱਲ ਤੁਸੀਂ ਕੀਤੀ ਹੈ, ਜੇ ਇਹ ਗੱਲ ਨੂੰ ਆਪਾਂ ਥੋੜਾ ਜਿਹਾ ਪਿੱਛੇ ਜਾਈਏ, ਜਿਹੜਾ ਜ਼ਿਲ੍ਹਾ ਜਥੇਦਾਰ ਔਰ ਜਿਹੜੇ ਹਲਕਾ ਇੰਚਾਰਜ ਇਹ ਸਾਰਿਆਂ ਨੂੰ ਬੁਲਾ ਕੇ ਤਾਂ ਪਹਿਲਾਂ ਵੀ ਸਹਿਮਤੀ ਲਈ ਗਈ ਹੈ। ਜਦੋਂ ਇਹ ਰੌਲਾ ਸ਼ੁਰੂ ਹੋਇਆ 1 ਜੁਲਾਈ ਨੂੰ, ਜਦੋਂ ਇਹਨਾਂ ਤੇ ਜਾ ਕੇ ਅਕਾਲ ਤਖ਼ਤ ਸਾਹਿਬ ਤੇ ਦੋਸ਼ ਲਾਏ ਗਏ ਚਾਰੇ ਉਹ ਕਿ ਜੀ ਇਹ 2007 ਦੇ ਵਿੱਚ ਜਦੋਂ ਸਾਂਗ ਰਚਾਇਆ ਗਿਆ ਸੀ ਰਾਮ ਰਹੀਮ ਵੱਲੋਂ, ਉਹਦਾ ਕੇਸ ਦੀ ਵਾਪਸੀ, ਫਿਰ ਬੇਅਦਬੀ ਤੇ ਉਸ ਤੋਂ ਬਾਅਦ ਮਾਫ਼ੀ ਔਰ ਮਾਫ਼ੀ ਤੋਂ ਬਾਅਦ ਸਵੇਦ ਸੈਨੀ, ਇਹ ਸਾਰੇ ਜਿਹੜੇ ਇਲਜ਼ਾਮ ਸੀ ਸੁਧਾਰ ਲਹਿਰ ਦੇ ਜੋ ਅਕਾਲ ਤਖ਼ਤ ਸਾਹਿਬ ਤੇ ਲਾਏ ਗਏ ਸੀ, ਜਿਹੜੇ ਅਸੀਂ ਵੀ ਗੁਨਾਹਗਾਰ ਹੈ, ਇਹ ਸੁਖਬੀਰ ਸਿੰਘ ਬਾਦਲ ਵੱਡਾ ਗੁਨਾਹਗਾਰ ਹੈ ਕਿਉਂਕਿ ਇਹਨੇ ਇਹ ਕੀਤਾ। ਉਸ ਵੇਲੇ ਵੀ ਇਹ ਜ਼ਿਲ੍ਹਾ ਜਥੇਦਾਰ ਤੇ ਇਹ ਸਾਰਿਆਂ ਨੂੰ ਬੁਲਾ ਕੇ ਜਿਨ੍ਹਾਂ ਨਾਲ ਹੁਣ ਰਹਿ ਕਰਨ ਦੀ ਗੱਲ ਭੁੰਦੜ ਸਾਹਿਬ ਕਰ ਰਹੇ ਨੇ, ਉਦੋਂ ਵੀ ਇਹ ਗੱਲ ਕੀਤੀ ਸੀ। ਤੇ ਕਿਉਂਕਿ ਇਹ ਸਾਰੇ
ਜਿਹੜੇ ਜਥੇਦਾਰ ਅਪੁਆਇੰਟ ਕੀਤੇ ਗਏ ਨੇ ਜਾਂ ਹਲਕਾ ਇੰਚਾਰਜ ਉਹ ਵੀ ਸੁਖਬੀਰ ਸਿੰਘ ਬਾਦਲ ਨੇ ਕੀਤੇ ਨੇ। ਬਿਲਕੁਲ ਉਸੇ ਤਰ੍ਹਾਂ ਜਿਵੇਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਨੇ ਉਹ ਜਿਹੜੇ 11 ਤੋਂ ਵੱਡੇ ਬਾਦਲ ਸਾਹਿਬ ਨੇ ਕੀਤੇ ਸੀ ਉਹਨਾਂ ਦੀ ਵਫਾਦਾਰੀ ਵੀ ਉੱਥੇ ਹੀ ਹੈ। ਤੋ ਇਹਦੇ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣ ਲੱਗਿਆ ਜਿਸ ਤਰ੍ਹਾਂ ਦੀ ਗੱਲ ਤੁਸੀਂ ਕਹਿ ਰਹੇ ਹੋ। ਹਾਂ ਇਹ ਜਿਹੜਾ ਜੋ ਨਾਟਕ ਜਾਂ ਡਰਾਮਾ ਜੇ ਇਸ ਤਰ੍ਹਾਂ ਹੀ ਹੈ ਜੋ ਨਜ਼ਰ ਆ ਰਿਹਾ ਹੈ ਤਾਂ ਇਹਦੇ ਨਾਲ ਇਹ ਤਾਂ ਹੋ ਜਾਊਗਾ ਕਿ ਸਰਵਾਈਵ ਤਾਂ ਪ੍ਰਧਾਨ ਦੇ ਤੌਰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਜਾਣਗੇ, ਲੇਕਿਨ ਰਿਵਾਈਵ ਕਰਨਾ ਜਿਹੜਾ ਹੈ ਉਹ ਫਿਰ ਉੱਥੇ ਗੱਲ ਖੜੀ ਰਹੂਗੀ। ਮੁੜ ਸੁਰਜੀਤ ਕਰਨਾ ਮੁਸ਼ਕਲ ਹੋਏਗਾ ਤੇ ਸਰਵਾਈਵ ਕਰਨਾ ਉਹਨਾਂ ਲਈ ਤਾਂ ਸੌਖਾ, ਉਹ ਤਾਂ ਹਲੇ ਵੀ ਸਰਵਾਈਵ ਹੀ ਕਰ ਰਹੇ ਨੇ। ਜੇ ਇਸ ਤਰ੍ਹਾਂ ਹੀ ਕਰਨਾ ਹੈ ਜੇ ਜਾਨੀ ਜੇ ਇੰਨੀਆਂ ਹਾਰਾਂ ਤੋਂ ਬਾਅਦ ਸਰਵਾਈਵ ਇਸ ਤਰ੍ਹਾਂ ਇਹਨੂੰ ਸਰਵਾਈਵਲ ਕਿਹਾ ਜਾਂਦਾ ਹੈ ਤਾਂ ਉਹ ਹੀ ਹੈ, ਤੇ ਜੇ ਇਹਨੂੰ ਰਿਵਾਈਵ ਕਰਨਾ ਹੈ ਤਾਂ ਉਹਦੇ ਲਈ ਕੋਸ਼ਿਸ਼ਾਂ ਹੋਈਆਂ ਸੀ। ਹਾਲ ਦੀ ਘੜੀ ਅੱਜ ਦੀ ਵਰਕਿੰਗ ਕਮੇਟੀ ਦੇ ਵਿੱਚ ਕੋਈ ਫੈਸਲਾ ਨਹੀਂ ਹੋਇਆ। ਪਹਿਲੇ ਦਰਸ਼ਕੋਂ ਅਸੀਂ ਇਹ ਚਰਚਾ ਜਾਰੀ ਰੱਖਾਂਗੇ, ਇੱਕ ਬ੍ਰੇਕ ਲਵਾਂਗੇ, ਮਿਲਦਾ ਬ੍ਰੇਕ ਤੋਂ ਬਾਅਦ। ਚਰਚਾ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਲ। ਪਾਲਕ ਸਾਹਿਬ, ਮੈਂ ਪਿਛਲੇ ਦਿਨ ਕਿਹਾ ਸੀ ਕਿ ਜਿਹੜੇ ਸਰਦਾਰ ਲਹਿਰ ਵਾਲੇ ਨੇ ਤੁਹਾਡਾ ਜਿਹੜਾ ਧੜਾ ਹੈ ਉਹ ਜਦੋਂ ਉਹਨਾਂ ਦੇ ਪ੍ਰਤੀਕਰਮ ਆਏ ਜੀ, ਦੇਰ ਆਏ ਦਰੁਸਤ ਆਏ, ਮੈਂ ਕਿਹਾ ਤੁਹਾਨੂੰ ਕਿਵੇਂ ਪਤਾ ਵੀ ਦਰੁਸਤ ਆਏ? ਤੁਸੀਂ ਆ ਜਿਹੜਾ ਕਹਿ ਰਹੇ ਹੋ ਨਾ ਤਾਂ ਤੁਹਾਡੇ ਦਿਮਾਗ 'ਚ ਕੋਈ ਇਸ ਤਰ੍ਹਾਂ ਦੀ ਗੱਲ ਹੋ ਰਹੀ ਹੈ, ਤੁਸੀਂ ਥੋੜੇ ਜ਼ਿਆਦਾ ਉਤਸ਼ਾਹ ਦਿਖਾ ਰਹੇ ਹੋ, ਐਸਾ ਕੁਛ ਨਹੀਂ ਹੋ ਰਿਹਾ। ਸਰਦਾਰ ਲਹਿਰ ਵਾਲਿਆਂ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਸੀ ਕਿ ਬਹੁਤ ਕੁਛ ਹੁੰਦਾ ਹੈ ਇਹ ਜਦੋਂ ਇਹ ਖੇਡ ਖੇਡੀ ਜਾਂਦੀ ਹੈ। ਕੀ ਕਹੋਗੇ ਸੁਖਵਿੰਦਰ ਸਿੰਘ ਔਲਖ ਸਾਹਿਬ? ਪਹਿਲੀ ਗੱਲ ਤਾਂ ਜੋ ਪੰਨੂ ਸਾਹਿਬ ਨੇ ਗੱਲਾਂ ਕਹੀਆਂ ਨੇ ਬੜੀਆਂ ਕੀਮਤੀ ਗੱਲਾਂ ਨੇ। ਵਿਦਵਾਨ ਸੱਜਣ ਨੇ, ਕੋਈ ਪੱਖਪਾਤ ਨਹੀਂ ਕਿਸੇ ਪਾਰਟੀ ਵੱਲੋਂ ਨਹੀਂ, ਮੈਂ ਧੰਨਵਾਦ ਕਰਦਾ ਇਹਨਾਂ ਦਾ। ਦੂਸਰੀ ਗੱਲ ਜੋ ਤੁਸੀਂ ਕਹੀ ਹੈ ਕਿ ਸਵਾਗਤ ਵੀ ਕੀਤਾ, ਸਾਡੇ ਕੁਛ ਲੀਡਰ ਸਾਹਿਬਾਨ ਨੇ ਇਹ ਵੀ ਕਿਹਾ ਕਿ ਡਰਾਮਾ ਹੈ, ਨਾਟਕ ਹੈ, ਇਹ 'ਚ ਕੋਈ ਦੁਹਰਾਵਾ ਨਹੀਂ। ਸਵਾਗਤ ਤਾਂ ਅਸੀਂ ਕਰਨਾ ਹੀ ਸੀ ਜੇ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਰਿਜਾਇਨ ਕਰਤਾ, ਤੇ ਜਦੋਂ ਰਿਜਾਇਨ ਤੋਂ ਬਾਅਦ ਭੁੰਦੜ ਸਾਹਿਬ ਦੀ ਵਰਸ਼ਨ ਆਇਆ, ਭੁੰਦੜ ਸਾਹਿਬ ਦਾ ਤੁਸੀਂ ਸੁਣਿਆ ਹੋਣਾ, ਭੁੰਦੜ ਸਾਹਿਬ ਕਹਿੰਦੇ ਵੀ ਜਿਹੜਾ ਸੁਖਬੀਰ ਜੀ ਨੇ, ਪ੍ਰਧਾਨ ਜੀ ਨੇ ਅਸਤੀਫਾ ਦਿੱਤਾ ਨਾ, ਉਹ ਆਪਦੀ ਆਤਮਾ ਤੋਂ ਦਿੱਤਾ ਹੈ। ਹੁਣ ਮੈਂ ਗੱਲ ਕਰਨ ਲੱਗਿਆ, ਜੇ ਆਤਮਾ ਤੋਂ ਅਸਤੀਫਾ ਦਿੱਤਾ ਹੈ ਫਿਰ ਅੱਜ ਵੀ ਪ੍ਰਵਾਨ ਕਿਉਂ ਨਹੀਂ ਕੀਤਾ? ਫਿਰ ਤਾਂ ਆਤਮਾ ਨੂੰ ਸੱਟ ਮਾਰਤੀ ਤੁਸੀਂ ਉਹਨਾਂ ਦੀ। ਦੇਖੋ ਬੜੀ ਵੱਡੀ ਗੱਲ ਹੈ ਕਿ ਉਹਨਾਂ ਦੇ ਵਿਚਾਰਿਆਂ 'ਚ ਵੈਸੇ ਸੱਟ ਲੱਗੀ, ਉਹਦਾ ਵੀ ਮੈਂ ਮਤਲਬ ਕਿ ਕਹਿਣਾ ਮਾੜੀ ਗੱਲ ਹੋਈ, ਤੇ ਇੱਕ ਆਤਮਾ ਨੂੰ ਸੱਟ ਮਾਰੀ ਅੱਜ। ਇਹ ਇੱਕ ਬਣੀ ਬਣਾਈ ਜਿਹੜੀ ਗੱਲ ਸੀ ਨਾ, ਕੱਲ ਹੀ ਹੋਈ ਸੀ, ਮੈਨੂੰ ਕੱਲ ਹੀ ਸ਼ਾਮ ਨੂੰ ਪਤਾ ਲੱਗ ਗਿਆ ਸੀ। ਕੱਲ ਸ਼ਾਮ ਨੂੰ ਬਾਦਲ ਸਾਹਿਬ ਦੀ ਸੁਖਬੀਰ ਜੀ ਦੀ ਕੋਠੀ ਦੇ ਵਿੱਚ ਇੱਕ ਮੀਟਿੰਗ ਹੋਈ, 5-10 ਬੰਦੇ, 20-30 ਉੱਥੇ ਪਤਾ ਨਹੀਂ ਕੌਣ ਸੀਗੇ। ਉੱਥੇ ਇਹ ਗੱਲ ਬਣਾਈ ਗਈ ਕਿ ਆਪਾਂ ਸਾਰੇ ਜਾਣੇ ਕਹੋ ਕਿ ਅਸੀਂ ਜੀ ਰਿਜ਼ਾਇਨ ਕਰਾਂਗੇ ਜੇ ਇਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ। ਉੱਥੇ ਭੁੰਦੜ ਸਾਹਿਬ ਸੀਗੇ। ਉਸ ਤੋਂ ਬਾਅਦ ਮੈਂ ਪੜ੍ਹਿਆ ਜਿਹੜਾ ਆਪਣਾ ਪ੍ਰਧਾਨ ਹੈ ਯੂਥ ਵਿੰਗ ਦਾ ਸਰਬਜੀਤ ਸਿੰਘ ਝਿੰਜਰ, ਉਹਨੇ ਆਪਦਾ ਪਾਇਆ ਆਪਦੇ ਪੇਜ ਤੇ ਕਿ ਜੇ ਇਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਤਾਂ ਸਮਝੋ ਮੇਰਾ ਵੀ ਪ੍ਰਵਾਨ ਹੈ। ਇੱਥੇ ਗੱਲ ਨਹੀਂ ਖੜੀ। ਉਸ ਤੋਂ ਬਾਅਦ ਵਾਲੀਆ ਸਾਹਿਬ ਦਫ਼ਤਰ ਦੇ ਵਿੱਚ ਕਹਿੰਦੇ 7 ਵਜੇ ਵਾਗੇ 8 ਵਜੇ ਯੂਥ ਵਿੰਗ ਦੇ
ਜਿਹੜੇ ਵਰਕਰ ਸੀਗੇ ਉੱਥੇ ਜਾ ਕੇ ਉਹਨਾਂ ਨੇ ਇੱਕ ਰੌਲਾ ਪਾਇਆ, ਜਿੰਦਾਬਾਦ ਕਿਹਾ, ਕਿਹਾ ਵੀ ਜੇ ਭੁੰਦੜ ਸਾਹਿਬ ਨੂੰ ਜਦੋਂ ਮਿਲੇ ਨੇ, ਮੈਂ ਸੁਣ ਲਿਆ ਸੀਗਾ ਵੀ ਜੇ ਅਸਤੀਫਾ ਪ੍ਰਵਾਨ ਕਰ ਲਿਆ ਜੀ ਫਿਰ ਸਾਡੇ ਅਸਤੀਫੇ ਵੀ ਚੱਕ ਲਿਓ ਸਾਰੇ, ਫਿਰ ਪਾਰਟੀ ਖੇਰੂ ਖੇਰੂ ਹੋ ਜੂਗੀ, ਸਭ ਕੁਛ ਜਾਊਗਾ ਜੀ। ਤੇ ਉਦੋਂ ਬਾਅਦ ਐਨ ਕੇ ਸ਼ਰਮਾ ਦੀ ਮੈਂ ਸੁਣ ਰਿਹਾ ਸੀਗਾ, ਮੈਂ ਤਾਂ ਹੈਰਾਨ ਆ, ਨਾਟਕਬਾਜ਼ੀ ਦਾ ਮੈਨੂੰ ਦੁੱਖ ਵੀ ਹੈ। ਤੇ ਜੇ ਉਹਨਾਂ ਨੇ ਅਸਤੀਫਾ ਦੇ ਹੀ ਦਿੱਤਾ ਸੀਗਾ, ਉਹਨਾਂ ਦੀ ਆਤਮਾ ਨੇ ਦਿੱਤਾ ਜਾਂ ਕੌਮ ਦੇ ਮਤਲਬ ਕਿ ਹੁਕਮ ਨੂੰ ਮੰਨ ਲਿਆ, ਚਲੋ ਚੰਗੀ ਗੱਲ ਸੀ, ਜੋ ਅਸੀਂ ਕਹਿੰਦੇ ਸਵਾਗਤ ਕੀਤਾ ਸੀ, ਸਵਾਗਤ ਕੀਤਾ ਸੀਗਾ। ਐਨ ਕੇ ਸ਼ਰਮਾ ਜੀ ਕਹਿੰਦੇ ਨੇ ਕਿ ਜੀ ਉਹ ਤਾਂ ਸਿੰਘ ਸਾਹਿਬ ਨੇ ਹੀ ਤਪਾਤੇ ਸੀ, ਮੈਂ ਲਫ਼ਜ਼ ਥੋੜੇ ਜਿਹੇ ਸਖ਼ਤ ਵਰਤ ਗਿਆ, ਕਹਿੰਦੇ ਸਿੰਘ ਸਾਹਿਬ ਵੱਲੋਂ ਵੀ ਉਹ ਲਫ਼ਜ਼ ਵਰਤਿਆ ਉਹਨਾਂ ਨੇ, ਤੂਕ ਮਾਤਰ ਵਰਤਿਆ ਕਿ ਸਿੰਘ ਸਾਹਿਬ ਵੱਲੋਂ ਵੀ ਸੁਧਾਰ ਲਹਿਰ ਵਾਲਿਆਂ ਨੇ ਸ਼ਿਕਾਇਤਾਂ ਕਰੀਆਂ, ਸੁਧਾਰ ਲਹਿਰ ਵਾਲਿਆਂ ਨੇ ਬੜਾ ਪਰੇਸ਼ਾਨ ਕੀਤਾ ਜੀ, ਉਹਨਾਂ ਦੀਆਂ ਪਰੇਸ਼ਾਨੀਆਂ ਕਰਕੇ ਉਹ ਵੀ ਰਿਜਾਇਨ ਕਰ। ਠੀਕ ਹੈ ਜੀ, ਮੈਂ ਵੀ ਰਿਜਾਇਨ ਕਰਦਾ। ਉਹਨਾਂ ਨੇ ਰਿਜਾਇਨ ਕੀਤਾ ਪ੍ਰਧਾਨਗੀ ਤੋਂ, ਉਹ ਅਕਾਲੀ ਦਲ ਹੀ ਛੱਡ ਗਿਆ ਐਨ ਕੇ ਸ਼ਰਮਾ ਸਾਹਿਬ, ਜ਼ਿੰਮੇਵਾਰ ਬੰਦੇ ਨੇ। ਮੈਨੂੰ ਸਮਝ ਨਹੀਂ ਆਉਂਦੀ ਗੱਲ ਜੀ ਬਾਜੀਆ ਸਾਹਿਬ, ਅੱਜ ਸਾਰੇ ਅਖਬਾਰਾਂ ਨੇ ਤਕਰੀਬਨ ਮੈਂ ਜਿੰਨੇ ਪੜ੍ਹੇ ਨੇ, ਅੰਗਰੇਜ਼ੀ ਦਾ ਅਖਬਾਰ ਟ੍ਰਿਬਿਊਨ ਅਖਬਾਰ ਹੈ, ਸਾਂਝਾ ਜਿਹਾ ਅਖਬਾਰ ਹੈ, ਉਹਨੇ ਆਪਦੇ ਐਡੀਟੋਰੀਅਲ ਦੇ ਵਿੱਚ ਲਿਖਿਆ, ਉਹਨਾਂ ਦੇ ਪੰਜਾਬੀ ਟ੍ਰਿਬਿਊਨ ਵਾਲੇ ਨੇ ਵੀ ਸ਼ਾਇਦ ਲਿਖਿਆ ਹੋਵੇ, ਕਿਸੇ ਹੋਰ ਅਖਬਾਰਾਂ ਨੇ ਵੀ ਲਿਖਿਆ ਵੀ ਜੋ ਅਸਤੀਫਾ ਦਿੱਤਾ ਹੈ ਇਹਨੂੰ ਹੁਣ ਸਿਰੇ ਲਾਇਓ। ਉਹਨਾਂ ਨੇ ਗੱਲ ਕੀਤੀ ਹੈ ਖੜ ਗਏ ਹੋਰਾਂ ਦੀ, ਕਾਂਗਰਸ ਵਾਲੇ ਪ੍ਰਧਾਨ ਦੀ, ਵੀ ਉਹ ਆ ਕੇ ਉਹਨਾਂ ਨੇ ਕਾਂਗਰਸ ਪਾਰਟੀ ਤਕੜੀ ਕਰ ਲਈ, ਹੋਰਾਂ ਦਾ ਵੀ ਜ਼ਿਕਰ ਕੀਤਾ ਹੈ। ਤੇ ਮੈਂ ਤਾਂ ਵਾਲੀਆ ਸਾਹਿਬ ਕਹੂੰਗਾ ਕਿ ਸੁਖਬੀਰ ਜੀ ਨੂੰ ਜੇ ਅਸਤੀਫਾ ਦੇਤਾ ਸੀ ਇਹ ਪ੍ਰਵਾਨ ਕਰ ਲੈਣਾ ਚਾਹੀਦਾ ਸੀ, ਹੁਣ ਨੀਚੇ ਆਉਣਗੇ ਜੀ, ਕਦੇ ਅਸੀਂ ਜ਼ਿਲ੍ਹਾ ਪ੍ਰਧਾਨਾਂ ਕੋਲ ਜਾਵਾਂਗੇ, ਪਹਿਲਾਂ ਉੱਥੇ ਉਹਨਾਂ ਨੂੰ ਦਫ਼ਤਰ ਬੁਲਾ ਕੇ ਹਾਂ ਕਰਵਾ ਲਈ, ਹੁਣ ਇੱਥੇ ਕਰਵਾ ਲੈਣਗੇ, ਸਰਕਲ ਪ੍ਰਧਾਨਾਂ ਕੋਲ ਜਾਣਗੇ, ਹਲਕਾ ਇੰਚਾਰਜਾਂ ਕੋਲ ਜਾਣਗੇ। ਇਹ ਤਾਂ ਜੀ ਕੋਈ ਰੋਲ ਕਚੋਲ ਹੈਗੀ ਹੈ, ਮੈਨੂੰ ਤਾਂ ਲੱਗਦੀ ਹੈ ਵੀ ਇਹ ਜਿਹੜੇ ਬੁੱਧੀਜੀਵੀ ਕਹਿ ਰਹੇ ਨੇ, ਵਿਦਵਾਨ ਸੱਜਣ ਕਹਿ ਰਹੇ ਨੇ, ਇਹਦੇ ਬਿਲਕੁਲ ਹੀ ਉਲਟ ਹੈ। ਤੇ ਮੈਂ ਪਹਿਲਾਂ ਵੀ ਕਿਹਾ ਸੀ, ਅੱਜ ਵੀ ਮੈਂ ਕਹਿਣਾ, ਸੁਖਬੀਰ ਜੀ ਨਾਲ ਮੇਰੀ ਆਜ਼ਾਦੀ ਕੋਈ ਰੰਜਿਸ਼ ਨਹੀਂ, ਉਹ ਪ੍ਰਧਾਨ ਨੇ ਬਣੇ ਰਹਿਣ, ਲੇਕਿਨ ਮੈਨੂੰ ਜੋ ਗਿਲਾ ਹੈਗਾ ਉਹ ਹੈ ਵੀ ਅਕਾਲੀ ਦਲ ਤਕੜਾ ਨਹੀਂ ਹੋਣਾ। ਸ਼੍ਰੋਮਣੀ ਅਕਾਲੀ ਦਲ ਨੂੰ ਜੋ ਮਾਰ ਪੈ ਰਹੀ ਹੈ, ਅੱਜ ਦੇਖੋ ਚਾਰ ਜ਼ਿਮਨੀ ਚੋਣਾਂ ਨੇ, ਉੱਥੇ ਲੰਗਾਹ ਸਾਹਿਬ ਨੇ ਮਦਦ ਕਰਤੀ ਆਪ ਵਾਲਿਆਂ ਦੀ, ਝਾੜੂ ਵਾਲਿਆਂ ਦੀ, ਬੁੱਕਰ ਵਾਲਿਆਂ ਦੀ, ਇੱਥੇ ਬਰਨਾਲੇ ਮੇਰੇ ਖਿਆਲ ਅਕਾਲੀ ਦਲ ਅੰਮ੍ਰਿਤਸਰ ਦੀ ਕਰਤੀ, ਇੱਧਰ ਕੋਈ ਬੀਜੇਪੀ ਦੀ ਕਰ ਦੇਣਗੇ, ਕਿੱਥੇ ਕਿਤੇ ਕਾਂਗਰਸ ਦੀ ਕਰ ਦੇਣਗੇ। ਸਮਝ ਤੋਂ ਬਾਹਰ ਹੈ ਗੱਲ ਜੀ, ਪਾਰਟੀ ਦਾ ਨਿਘਾਰ ਬਹੁਤ ਜ਼ਿਆਦਾ ਹੋ ਗਿਆ, ਪਾਰਟੀ ਬਹੁਤ ਥੱਲੇ ਚਲੀ ਗਈ, ਲੋੜ ਸੀ ਪਾਰਟੀ ਨੂੰ ਰਿਵਾਈਵ ਕਰਨ ਦੀ, ਲੋੜ ਸੀ ਪਾਰਟੀ ਨੂੰ ਤਕੜਾ ਕਰਨ ਦੀ। ਤਕੜਾ ਕਰਨ ਲਈ ਔਰਖ ਸਾਹਿਬ ਬੜਾ ਕੁਛ ਪਿਆ ਸੀ ਜਿਹੜੇ ਬਾਰੇ ਸੋਚਿਆ ਜਾ ਸਕਦਾ ਸੀ। ਤੁਸੀਂ ਬਿਲਕੁਲ ਠੀਕ ਕਿਹਾ, ਪਹਿਲਾਂ ਸਰਬਜੀਤ ਸਿੰਘ ਝੱਜਰ ਨੇ ਅਸਤੀਫਾ ਦੇਣ ਦੀ ਗੱਲ ਕੀਤੀ, ਫਿਰ ਐਨ ਕੇ ਸ਼ਰਮਾ ਨੇ, ਫਿਰ ਸਨੀ ਬਰਾੜ ਨੇ। ਇਹ ਵੀ ਇੱਕ ਖਾਸ ਕਿਸਮ ਦੀ ਰਣਨੀਤੀ ਦਾ ਹੀ ਹਿੱਸਾ ਲੱਗਦਾ ਹੈ। ਔਰਖ ਸਾਹਿਬ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ। ਮੈਂ ਦੁਬਾਰਾ ਆਉਣਾ, ਮੈਂ ਉਹਨਾਂ ਦੀ ਸੋਢੀ ਸਾਹਿਬ ਦੀ ਟਿੱਪਣੀ ਲੈ ਲਾ, ਫਿਰ ਮੈਂ ਆਉਣਾ। ਸੋਢੀ ਸਾਹਿਬ, ਬਾਜੀਆ ਸਾਹਿਬ, ਮੈਂ ਤਾਂ ਇਹ ਹੈਰਾਨ ਹਾਂ ਕਿ ਬਿਲਕੁਲ ਜਦੋਂ ਬਾਦਲ ਦਲ ਸਿਰਫ ਡੇਢ ਰਹਿ ਗਿਆ ਇਹਨਾਂ ਦਾ ਵਿਧਾਨ ਸਭਾ ਚ, ਪਾਰਲੀਮੈਂਟ ਮਸਾਂ ਰੋ ਪਿੱਟ ਕੇ ਇੱਕ ਜਿੱਤੇ ਨੇ, ਫਿਰ ਇਹ ਇਹ ਹਾਲੇ ਵੀ ਕੋਈ ਭਾਲ ਰਹੇ ਨੇ, ਹਾਲੇ ਵੀ ਸੋਚ ਰਹੇ ਨੇ, ਇਹਨਾਂ ਦੇ ਆਪਣੇ ਚਹੇਤੇ ਨੇ, ਕੋਈ ਵੱਖ ਹੋ ਜੇ ਕੋਈ ਨਾ ਰਲ ਜੇ। ਉਹ ਤੋਂ ਬਾਅਦ ਇਹ ਕਿੱਡੀ ਕੁ ਗੱਲ ਹੈ ਜੀ, ਰਿਜਾਇਨ ਕਾਹਦੇ ਤੋਂ ਕਰਤਾ, ਜੇ ਰਿਜਾਇਨ ਕਰਨਾ ਹੁੰਦਾ ਇਹ ਪਰਿਵਾਰ ਇੰਨਾ ਹੀ ਸਿਆਣਾ ਹੁੰਦਾ, ਇਹ ਇਹ ਗੁਰੂ ਗ੍ਰੰਥ ਸਾਹਿਬ ਨਾਲੋਂ ਤਾਂ ਵੱਡਾ ਕੋਈ ਕੰਮ ਨਹੀਂ ਹੋ ਸਕਦਾ, ਇੰਨੀ ਦੁੱਖਦਾਈ ਘਟਨਾ ਵਾਪਰੀ। ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਸਿੰਘਾਂ ਤੇ ਗੋਲੀਆਂ ਚੱਲੀਆਂ, ਜੇ ਉਹ ਜਲਾਦਾਂ ਨੂੰ ਇਹ ਵੱਡੀਆਂ ਕੁਰਸੀਆਂ ਤੇ ਬਿਠਾ ਕੇ ਹੇਠਲੇ ਆਪਾਂ ਸਾਰਿਆਂ ਨੂੰ ਕਹਿ ਸਕਦੇ ਨੇ ਵੀ ਤੁਸੀਂ ਸਾਡੇ ਜਲਾਦਾਂ ਨੂੰ ਨਮਸਕਾਰ ਕਰੋ,
ਉੱਥੇ ਤੁਸੀਂ ਕੀ ਗਿਣਦੇ ਹੋ? ਉਦੋਂ ਵੀ ਅੱਗੇ ਜਿਹੜਾ ਹੁਣ ਇਹਨਾਂ ਨੇ ਡਰਾਮਾ ਅੱਜ ਕਰਿਆ ਕਿ ਜੀ ਅਸੀਂ ਹੇਠਾਂ ਜਾਵਾਂਗੇ ਸਰਕਲ ਲੈਵਲ ਤੇ ਪਤਾ ਲਵਾਂਗੇ ਵੀ ਸੁਖਬੀਰ ਨੂੰ ਕਹਿੰਦੇ ਨੇ ਰਿਜਾਇਨ ਕਰ ਜਾਂ ਨਾ ਕਰ। ਝੂੰਦਾ ਕਮੇਟੀ ਕਿੱਥੇ ਗਈ ਸੀ ਜੀ? ਉਹ ਕਿਹੜੀ ਸਟੇਟ ਦਾ ਸਰਵੇ ਕਰਕੇ ਆਈ ਸੀ? ਤੁਸੀਂ ਉਹ ਝੂੰਦਾ ਕਮੇਟੀ ਬਣਾਈ, ਤੁਹਾਡੀ ਉਹ ਹੈ। ਈਵਨ ਕਿ ਸਾਡੀਆਂ ਜਥੇਬੰਦੀਆਂ ਦਾ ਤੁਹਾਡੇ ਲੋਕਾਂ ਨਾਲ ਕੋਈ ਸਾਰੋਕਾਰ ਨਹੀਂ, ਤੁਸੀਂ ਦੋਸ਼ੀ ਹੋ, ਚਾਹੇ ਸੁਧਾਰ ਵਾਲੇ ਨੇ ਚਾਹੇ ਚਾਹੇ ਬਾਦਲ ਕੇ ਨੇ। ਪਰ ਫੇਰ ਵੀ ਮੈਂ ਕਹਿਣਾ ਕਿ ਇਹ ਡਰਾਮੇਬਾਜ਼ੀ ਕਿਉਂ? ਇਹ ਡਰਾਮੇਬਾਜ਼ੀ ਜਦੋਂ ਨਾ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਸੁਰਜੀਤ ਬਰਨਾਲੇ ਦੀ ਸਰਕਾਰ ਬਣੀ ਬਾਲੀਆ ਜੀ, ਉਦੋਂ ਵੀ ਇਹ ਡਰਾਮਾਬਾਜ਼ੀ ਸ਼ੁਰੂ ਹੋਈ ਸੀ। ਉਦੋਂ ਜਿੰਨੇ ਵੀ ਯੂਥ ਵਿੰਗ ਵਾਲੇ ਸੀ, ਉਦੋਂ ਪ੍ਰਧਾਨ ਹੁੰਦਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਯੂਥ ਵਿੰਗ ਦਾ ਤੁਹਾਡੇ ਯਾਦ ਕਰਾਵਾਂ ਮੈਂ, ਉਦੋਂ ਸਾਰੇ ਨੌਜਵਾਨਾਂ ਨੂੰ ਇੱਧਰ ਫੈਡਰੇਸ਼ਨ ਵਾਲੇ ਤਾਂ ਸਹਾਦਤਾਂ ਦਿੰਦੇ, ਜੇਲ੍ਹਾਂ ਚ ਜਾਂਦੇ ਕੁੱਟਾਂ ਖਾਂਦੇ ਪੁਲਿਸ ਤੋਂ। ਇਹ ਦੂਜੇ ਬੰਨੇ ਤੁਹਾਡੇ ਯਾਦ ਹੋਵੇ ਕੁਲਦੀਪ ਸਿੰਘ ਬਿੱਲੂ ਮਾਜਰਾ, ਉਹ ਮਾਰਿਆ ਗਿਆ ਸੀ, ਇਹ ਸ਼ਰਾਬ ਦੇ ਠੇਕਿਆਂ ਦਾ ਨਿੱਘ ਮਾਰ ਰਹੇ ਸੀ। ਹੁਣ ਵੀ ਜਿਹੜਾ ਯੂਥ ਵਿੰਗ ਬਣਿਆ ਉਹ ਜਿਹੜਾ ਨਾਂ ਨਾ SOI ਸੀ, SOI ਤੋਂ ਤਬਦੀਲ ਹੋ ਕੇ ਯੂਥ ਵਿੰਗ ਆ ਗਿਆ। ਉਹ ਵੀ ਤਾਂ ਲੋਕ ਰੌਲਾ ਜ਼ਿਆਦਾ ਪਾਉਂਦੇ ਨੇ ਵੀ ਇੱਕ ਫੈਡਰੇਸ਼ਨ ਸੀ, ਇੱਕ ਇੱਕ ਯੂਥ ਵਿੰਗ ਹੁੰਦਾ। ਉਹ ਯੂਥ ਵਿੰਗਦਾਰ ਇਹਦਾ ਜ਼ਮੀਨ ਸਮਾਨ ਦਾ ਫਰਕ ਹੈ। ਅਸੀਂ ਤਾਂ ਪੰਥ ਦਰਦੀ ਕੌਮ ਦਰਦੀ ਰਹੇ ਉਦੋਂ ਲੋਕ, ਪਰ ਅੱਜ ਦੇਖੋ ਤੁਸੀਂ ਵੀ ਸਾਨੂੰ ਕੋਈ ਸਵਾਲ ਨਾ ਕਰੇ, ਨਵੀਂ ਉਹ ਗੇਂਦ ਸਿੱਟਤੀ ਲਿਆ ਕੇ ਰਾਜਨੀਤੀ ਚ, ਅਸਤੀਫਾ ਲੈ ਲਿਆ ਜੀ, ਅਸਤੀਫਾ ਦੇ ਤਾ। ਜਦੋਂ ਕਾਰਜਕਾਰੀ ਪ੍ਰਧਾਨ ਬਣਾਤਾ ਬਲਵਿੰਦਰ ਸਿੰਘ ਭੁੰਦੜ, ਫਿਰ ਅਸਤੀਫੇ ਵਾਲਾ ਰੌਲਾ ਪਾਉਣ ਦੀ ਕੀ ਲੋੜ ਪੈ ਗਈ ਜੀ? ਉਹ ਭੁੰਦੜ ਨੂੰ ਪੱਕਾ ਮੰਨ ਲਓ, ਨਹੀਂ ਮੰਨਣਾ ਨਾ ਮੰਨੋ, ਪਰ ਉਹਨੂੰ ਕਾਰਜਕਾਰੀ ਨੂੰ ਹਟਾ ਕੇ ਫੇਰ ਪਾ ਲੈਂਦੇ ਅਸਤੀਫੇ ਦਾ ਰੌਲਾ। ਦੂਜੇ ਉਹਨੂੰ ਦਬਾਅ ਪਾ ਕੇ ਕਹਿ ਰਹੇ ਨੇ ਵੀ ਤੁਸੀਂ ਇਹਦਾ ਅਸਤੀਫਾ ਮਨਜ਼ੂਰ ਨਾ ਕਰਿਓ ਜੀ। ਕੌਣ ਕਰਦਾ ਇਹ? ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਬੰਨੇ ਤਾਂ ਮਾਫੀਆਂ ਮੰਗਣ ਜਾ ਰਹੇ ਹੋ, ਦੂਜੇ ਬੰਨੇ ਤੁਸੀਂ ਇੱਕ ਪ੍ਰੈਸ਼ਰ ਬਣਾ ਕੇ ਅੱਜ ਵੀ ਦਿਖਾ ਰਹੇ ਹੋ ਜਥੇਦਾਰਾਂ ਨੂੰ ਤੁਹਾਡੇ ਬਣਾਏ ਹੋਇਆਂ ਨੂੰ ਕਿ ਨਹੀਂ ਬਈ ਅੱਜ ਵੀ ਪੰਥ ਸਾਡੇ ਤੇ ਹੀ ਖੜਾ ਹੈ। ਉਹ ਭਾਈ ਜੇ ਤੁਸੀਂ ਅੱਜ ਇੰਨੇ ਪੰਥ ਦੇ ਰਖਵਾਲੇ ਹੁੰਦੇ ਤਾਂ ਅੱਜ ਆਹ ਹਾਲਾਤ ਨਾ ਸਾਨੂੰ ਦੇਖਣੇ ਪੈਂਦੇ। ਕਿਤੇ ਕਿਰਪਾਨ ਦਾ ਰੌਲਾ ਪਈ ਜਾ ਰਿਹਾ ਹੈ, ਕਿਤੇ ਕੋਈ ਹੋਰ ਰੌਲਾ ਪਈ ਜਾ ਰਿਹਾ ਹੈ। ਇਹ ਕਿਉਂ ਹੋ ਰਿਹਾ ਹੈ ਕਿ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਕੌਮ ਦਰਦੀ ਨੇ, ਪੰਥ ਦਰਦੀ ਲੋਕ ਨੇ, ਉਹਨਾਂ ਤੇ ਇਹਨਾਂ ਅਮੀਰ ਜਾਦਿਆਂ ਦਾ ਗਲਬਾ ਹੋ ਗਿਆ। ਇਹ ਅਮੀਰ ਜਾਦੇ ਸਿਰਫ ਕੁਰਸੀ ਦੇ ਲਈ ਸੰਘਰਸ਼ ਕਰ ਰਹੇ ਨੇ, ਆਪਣੇ ਗੁਰੂ ਲਈ ਹੋਈਆਂ ਗਲਤੀਆਂ ਦੇ ਲਈ ਪਸ਼ਚਾਤਾਪ ਕਰਨ ਦੀ ਬਜਾਏ ਦੂਜੇ ਬੰਨੇ ਨੂੰ ਚੱਲ ਪਏ ਵੀ ਸਪੀਡ ਨਾਲ ਕਿਸੇ ਨਾ ਕਿਸੇ ਢੰਗ ਨਾਲ ਪਾਵਰ ਆ ਜੇ ਨਹੀਂ ਆਉਣੀ। ਜੇ ਆਪਾਂ ਧਰਮੀ ਆ, ਜਿੰਨੀ ਦੇਰ ਆਪਾਂ ਕੀਤੀਆਂ ਗਲਤੀਆਂ ਪ੍ਰਵਾਨ ਨਹੀਂ ਕਰਦੇ, ਜਿੰਨਾ ਮਰਜ਼ੀ ਰੁੜ ਰੁੜ ਦੇਖ ਲਓ, ਇੱਕ ਟੀਕਾ ਫਿਰ ਅਕਾਲ ਤਖ਼ਤ ਸਾਹਿਬ ਨਾਲ ਪੰਗਾ ਲੈ ਰਹੇ ਹੋ। ਤੁਸੀਂ ਤਾਂ ਪਹਿਲਾਂ ਕਹੇ ਸੀ ਵੀ ਤੁਸੀਂ ਕਰਿਆ ਜੀ, ਤੁਸੀਂ ਨੀ ਮੰਨਦੇ ਅਕਾਲ ਤਖ਼ਤ ਨੂੰ, ਹੁਣ ਤਾਂ ਤੁਹਾਡੇ ਬਣਾਏ ਹੋਏ ਨੇ, ਤੁਹਾਡੇ ਬਣਾਏ ਹੋਏ ਦੀ ਤੁਸੀਂ ਤਾਂ ਮੰਨ ਲਓ। ਉਹਨਾਂ ਨੇ ਤੁਹਾਨੂੰ ਕਿਹਾ ਸੀ ਵੀ ਹਾਲੇ 19 ਦੇਰ ਬੰਦ ਰੱਖੋ, ਵੀ ਕਿਸੇ ਨੇ ਕੋਈ ਗੱਲ ਨੀ ਕਰਨੀ, ਇਹ ਵੀ ਜ਼ਿਆਦਾ ਬਾਜੀਆ ਸਾਹਿਬ ਤੁਹਾਡੇ ਜਹੇਦਾਰ ਗਿਆਨੀ ਰਘਵੀਰ ਸਿੰਘ ਨੇ ਕਿਹਾ ਸੀ ਵੀ ਕੋਈ ਬਿਆਨ ਨਾ ਦਿਓ, ਸ਼ਾਂਤ ਹੋ ਜਾਓ, ਸਾਨੂੰ ਸੋਚਣ ਦਿਓ, ਅਸੀਂ ਕਰਾਂਗੇ ਕੀ। ਉਹਦੇ ਉਹ ਦੇਖੋ ਫਿਰ ਗੱਲ ਕਿੱਧਰ ਨੀ ਗਈ, ਇਹ ਤਾਂ ਗੱਲ ਹੋਰ ਪਾਸੇ ਲੈ ਗਏ ਕਿਸੇ ਪਾਸੇ ਨੂੰ। ਇਸ ਲਈ ਸੋਢੀ ਸਾਹਿਬ ਜਿਹੜੀ ਬਿਆਨਬਾਜ਼ੀ ਤਾਂ ਸਾਰੇ ਪਾਸੇ ਹੋ ਰਹੀ ਹੈ, ਇਹ ਤਾਂ ਨਹੀਂ ਜਥੇਦਾਰ ਸਾਹਿਬ ਦੀ ਨੁਕਤਾਚੀਨੀ ਵੀ ਵਿੱਚ ਕਰੀ ਜਾਂਦੇ ਤੁਹਾਡੇ ਸਾਹਮਣੇ ਹੈ। ਜਦੋਂ ਸੁਖਬੀਰ ਸਿੰਘ ਬਾਦਲ ਦੇ ਅਸਤੀਫੇ ਦੀ ਖਬਰ ਆਈ ਸੀ, ਨਾਲ ਦੀ ਨਾਲ ਬਿਰਸਾ ਸਿੰਘ ਬਟੋਆ ਨੇ ਆਪਣੀ ਫੇਸਬੁੱਕ ਤੇ ਪਾਇਆ ਸੀ ਹੋ ਜਾਓ ਖੁਸ਼ ਹੁਣ, ਬਣਾ ਲਓ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ, ਹੋਰ ਇਹ ਤੋਂ ਵੱਡਾ ਵਿਅੰਗ ਕੀ ਹੋ ਸਕਦਾ। ਲੇਕਿਨ ਇੱਕ ਗੱਲ ਇਹ ਵੀ ਰਣਨੀਤੀ ਦਾ ਹਿੱਸਾ ਹੋ ਸਕਦੀ ਹੈ ਕਿ ਅਕਾਲ ਤਖ਼ਤ ਸਾਹਿਬ ਤੇ ਜਦੋਂ ਇਹ ਹੁਣ ਸੁਣਵਾਈ ਹੋਣੀ ਹੈ, ਇਹਨੂੰ ਬੁਲਾਇਆ ਜਾਣਾ ਹੈ, ਜਿਸਦੇ ਸਜ਼ਾ ਸੁਣਾਉਣੀ ਹੈ, ਉਸ ਵੇਲੇ ਮੰਗ ਕੀਤੀ ਜਾਂਦੀ ਸੀ ਕਿ ਪਹਿਲਾਂ ਅਸਤੀਫਾ ਦੇਣ। ਇਹ ਕਹਿਣਗੇ ਮੈਂ ਤਾਂ ਅਸਤੀਫਾ ਦਿੱਤਾ, ਇਹ ਵੱਖਰੀ ਗੱਲ ਹੈ।
ਕਿ ਜੀ ਇਹ ਪ੍ਰਵਾਨ ਹੋਇਆ ਜਾਂ ਨਹੀਂ, ਮੈਂ ਤਾਂ ਆਪਣੇ ਵੱਲੋਂ ਅਸਤੀਫਾ ਦਿੱਤਾ, ਇਹ ਵੀ ਇੱਕ ਰਣਨੀਤੀ ਦਾ ਹਿੱਸਾ ਹੋ ਸਕਦਾ। ਉਪਜੀਤ ਸਿੰਘ ਬਰਾੜ ਸਾਹਿਬ ਕਿਵੇਂ ਦੇਖਦੇ ਹੋ? ਪ੍ਰੋਫੈਸਰ ਸਾਹਿਬ, ਕਾਫੀ ਗੱਲਾਂ ਪੰਨੂ ਸਾਹਿਬ ਤੇ ਸੋਲੀ ਸਾਹਿਬ ਨੇ ਕਲੀਅਰ ਕਰਤੀਆਂ। ਅਕਾਲੀ ਦਲ ਜਿਹੜਾ ਕਿ 1920 ਦੇ ਵਿੱਚ ਸਿੱਖ ਸਿਧਾਂਤਾਂ ਦੇ ਤਹਿਤ ਗੁਰਦੁਆਰਿਆਂ ਦੀ ਸੇਵਾ ਸੰਭਾਲ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਤਿਆਰ ਕੀਤਾ ਗਿਆ ਸੀਗਾ, ਬਣਾਇਆ ਗਿਆ ਸੀਗਾ ਤੇ ਵੱਡੇ ਵੱਡੇ ਸੰਘਰਸ਼ ਲੜੇ। ਇਹ ਜਿਹੜਾ ਮੌਜੂਦਾ ਜਿਹਨੂੰ ਹੁਣ ਆਪਾਂ ਸੋਚੀ ਜਾਂਦੇ ਹਾਂ ਵੀ ਇਹ ਅਕਾਲੀ ਦਲ ਹੈ, ਅਕਾਲੀ ਦਲ ਦਾ ਤਾਂ ਇਹ ਖਾਤਮਾ ਹੋ ਚੁੱਕਿਆ। ਔਰ ਇਹ ਖਾਤਮਾ ਅੱਜ ਤੋਂ ਨਹੀਂ, ਜਦੋਂ ਇਹ ਸਾਰੇ ਇਕੱਠੇ ਸੀਗੇ ਉਸ ਸਮੇਂ ਤੋਂ ਹੀ ਸ਼ੁਰੂਆਤ ਹੋ ਗਈ ਸੀਗੀ, ਕਿਉਂਕਿ ਇਸ ਇਕੱਠੇ ਹੋਇਆ ਨੇ ਸਾਰਿਆਂ ਨੇ ਜਿੰਨੀ ਡੇਰਾਵਾਦ ਨੂੰ ਇਹਨਾਂ ਨੇ ਇਹਨਾਂ ਦੇ ਟਾਈਮ ਚ ਵਧਿਆ, ਚਾਹੇ ਰਾਧਾ ਸਵਾਮੀਆਂ ਨੂੰ ਮੋਹਾਲੀ ਦੇ ਵਿੱਚ ਲਾ ਲਓ ਤੇ ਚਾਹੇ ਜਿਹੜੇ ਸਰਸੇ ਵਾਲਾ ਲਾ ਲਓ, ਰਾਮ ਰਹੀਮ ਲਾ ਲਓ, ਭਨਿਆਰੇ ਵਾਲਾ ਲਾ ਲਓ, ਆਸ਼ੂਤੋਸ ਲਾ ਲਓ, ਇਹ ਜਿੰਨੇ ਵੀ ਡੇਰੇ ਆ ਇਹਨਾਂ ਨੂੰ ਉਤਸ਼ਾਹਿਤ ਕਰਨ ਦਾ ਕੰਮ ਇਸ ਅਕਾਲੀ ਦਲ ਨੇ ਕੀਤਾ, ਜਿਹਦੇ ਚ ਇਹ ਸਾਰੇ ਇਕੱਠੇ ਸੀਗੇ, ਸਾਰੇ ਗੁਣਗਾਨ ਕਰਦੇ ਸੀਗੇ, ਕਿਉਂਕਿ ਸਾਰੇ ਉਸ ਸਮੇਂ ਕੁਰਸੀਆਂ ਦਾ ਆਨੰਦ ਉਠਾ ਰਹੇ ਤੇ ਨਿੱਘ ਉਠਾ ਰਹੇ ਸੀਗੇ। ਜਿਹੜੀ ਇਹ ਜਿਹੜੀ ਅਸਤੀਫੇ ਦੀ ਤੁਸੀਂ ਗੱਲ ਕਰ ਰਹੇ ਹੋ, ਅਸਤੀਫਾ ਜੇ ਤੇ ਦੇਣਾ ਹੁੰਦਾ ਤਾਂ ਜਿਹੜੀ ਝੁੰਦਾ ਕਮੇਟੀ ਆ ਉਹਨਾਂ ਨੇ ਜਦੋਂ ਇਕੱਠੇ ਸੀਗੇ ਉਸ ਸਮੇਂ ਹੀ ਕਹਿਤਾ ਸੀਗਾ ਉਹਨਾਂ ਨੇ ਵੀ ਅਸਤੀਫਾ ਦੇ ਦਿਓ, ਤਾਂ ਇਹਨਾਂ ਨੇ ਤਾਂ ਦੇਆ ਨਹੀਂ, ਕਿਉਂਕਿ ਇਹ ਹੁਣ ਜਿਹੜਾ ਅਕਾਲੀ ਦਲ ਆ ਇਹ ਸਿਧਾਂਤਾਂ ਦੇ ਤਾਂ ਨਹੀਂ, ਇਹ ਵਿਅਕਤੀਗਤ ਸ਼ਖਸੀਅਤਾਂ ਨੂੰ ਆਪਣੀ ਜਿਹੜੀ ਆ ਉਹਨੂੰ ਹੀ ਮੰਨਦਾ ਤੇ ਇਹਨਾਂ ਲਈ ਬਾਦਲ ਹੀ ਅਕਾਲੀ ਦਲ ਆ, ਅਕਾਲੀ ਦਲ ਹੀ ਬਾਦਲ ਆ, ਹੋਰ ਇਹਨਾਂ ਦੇ ਪੱਲੇ ਕੁਝ ਨਹੀਂ ਹੈਗਾ। ਤੇ ਇਸੇ ਕਰਕੇ ਜਦੋਂ ਇਹ ਇੱਥੇ 22 ਇਲੈਕਸ਼ਨਾਂ ਅਨਾਊਂਸ ਹੋਈਆਂ ਸੀਗੀਆਂ ਤਾਂ ਉਹ ਤੋਂ ਇਹ ਇਕੱਠੇ ਹੋ ਕੇ ਇਹ ਗਏ ਸੀਗੇ ਇਹਦੇ ਕੋਲ ਸਿੰਘ ਸਾਹਿਬਾਨ ਕੋਲ ਵੀ ਇਹਨਾਂ ਦਾ ਫੈਸਲਾ ਛੇਤੀ ਕਰ ਦਿਓ, ਜਿਹੜੀ ਧਾਰਮਿਕ ਸਜ਼ਾ ਲਾਣੀ ਆ ਲਾ ਦਿਓ, ਕਿਉਂਕਿ ਜਿਹੜੀਆਂ ਇਲੈਕਸ਼ਨਾਂ ਨੇੜੇ ਆ ਰਹੀਆਂ, ਕਿਉਂਕਿ ਇਹਨਾਂ ਨੂੰ ਆਸ ਸੀਗੀ ਵੀ ਸੁਖਬੀਰ ਸਿੰਘ ਬਾਦਲ ਨੂੰ ਅਸੀਂ ਇਲੈਕਸ਼ਨ ਲਾਣੀ ਆ। ਜਦੋਂ ਇਹ ਗੱਲ ਇਹਨਾਂ ਦੀ ਮਨਸਾ ਪੂਰੀ ਨਾ ਹੋਈ ਤਾਂ ਇਹਨਾਂ ਨੇ ਇਲੈਕਸ਼ਨਾਂ ਦਾ ਵੀ ਬਾਈਕਾਟ ਕਰਤਾ। ਤੁਸੀਂ ਇਹਨਾਂ ਤੇ ਕੋਈ ਆਸ ਨਾ ਰੱਖੋ, ਕੋਈ ਇਹਨਾਂ ਨੇ ਅੱਜ ਤੱਕ ਜਿਹੜਾ 1984 ਤੋਂ ਬਾਅਦ ਜਦੋਂ ਦਰਬਾਰ ਸਾਹਿਬ ਦਾ ਸਾਰਾ ਕੁਝ ਹੋ ਲਿਆ, ਤੁਹਾਡੀ ਆਵਾਜ਼ ਨਹੀਂ ਆ ਰਹੀ ਬਰਾੜ ਸਾਹਿਬ। ਬਰਾੜ ਸਾਹਿਬ ਤੁਸੀਂ ਸ਼ਾਇਦ, ਮੇਰਾ ਖਿਆਲ ਹੈ ਕਿ ਬਰਾੜ ਸਾਹਿਬ ਦਾ ਸਾਡਾ ਸੰਪਰਕ ਟੁੱਟ ਗਿਆ। ਸੋ ਪਹਿਲੇ ਦਰਸ਼ਕੋ, ਜਿਹੜੀ ਇਹ ਗੱਲਬਾਤ ਚੱਲ ਰਹੀ ਹੈ ਜਿਹਦੇ ਚ ਲਗਾਤਾਰ ਇਹ ਕੋਸ਼ਿਸ਼ ਹੋ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸਰਵਾਈਵ ਕਰ ਜਾਣ, ਜਿਵੇਂ ਇਹ ਹੈ ਨਾ, ਜਿਵੇਂ ਸਧਾਰਨ ਲਹਿਰ ਚਾਹੁੰਦੀ ਹੈ ਕਿ ਰਿਵਾਈਵ ਕਰ ਜੇ ਸ਼੍ਰੋਮਣੀ ਅਕਾਲੀ ਦਲ, ਇਹ ਕਹਿੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਸੁਖਬੀਰ ਸਿੰਘ ਬਾਦਲ ਸਰਵਾਈਵ ਕਰ ਜਾਣ, ਇਹ ਵੀ ਇੱਕ ਰਣਨੀਤੀ ਹੈ। ਇਸ ਤਰ੍ਹਾਂ ਦੀ ਗੱਲਬਾਤ ਇਸ ਚਰਚਾ ਚ ਹਾਲ ਦੀ ਘੜੀ ਉੱਭਰ ਕੇ ਆਈ ਹੈ, ਜਦੋਂ ਸਾਡੇ ਇੱਕ ਪੈਨਲਿਸਟ ਸਿੱਖ ਚਿੰਤਕ ਉਪਜੀਤ ਸਿੰਘ ਬਰਾੜ ਸਾਹਿਬ ਦੀ ਗੱਲ ਕਰ ਰਹੇ ਸੀ ਜਦੋਂ ਉਹਨਾਂ ਦਾ ਸੰਪਰਕ ਟੁੱਟਿਆ। ਅਸੀਂ ਇੱਕ ਬ੍ਰੇਕ ਲੈ ਲਈਏ, ਉਸ ਤੋਂ ਬਾਅਦ ਕੋਸ਼ਿਸ਼ ਕਰਦੇ ਹਾਂ ਦੁਬਾਰਾ ਸਾਰੇ ਕੋਲ ਜਾਣ ਦੀ, ਹੋਰ ਲੈਣੇ ਇੱਕ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਬ੍ਰੇਕ ਤੇ ਜਾਣ ਵੇਲੇ ਅਸੀਂ ਗੱਲ ਇਹ ਕਰ ਰਹੇ ਸੀ ਕਿ ਬਰਾੜ ਸਾਹਿਬ, ਉਪਜੀਤ ਸਿੰਘ ਬਰਾੜ ਸਾਹਿਬ ਆਪਣੀ ਗੱਲ ਕਰ ਰਹੇ ਸੀ, ਲੇਕਿਨ ਅਚਾਨਕ ਉਹਨਾਂ ਦਾ ਸੰਪਰਕ ਟੁੱਟ ਗਿਆ। ਬਰਾੜ ਸਾਹਿਬ ਹੁਣ ਆਪਣੀ ਗੱਲ ਪੂਰੀ ਕਰੋ। ਪ੍ਰੋਫੈਸਰ ਸਾਹਿਬ, ਮੈਂ ਇਹ ਕਹਿ ਰਿਹਾ ਸੀਗਾ ਵੀ ਅਕਾਲੀ ਦਲ ਸਿਧਾਂਤਕ ਅਕਾਲੀ ਦਲ ਦੀ ਥਾਂ ਤੇ ਵਿਅਕਤੀਗਤ ਪੂਜਾ ਵੱਲ ਕੇਂਦਰਿਤ ਹੋ ਚੁੱਕਿਆ ਹੈ, ਤੇ ਜਿਹੜਾ ਬੰਦਾ ਵਿਅਕਤੀਗਤ ਪੂਜਾ ਰਾਜਨੀਤੀ ਚ ਕਰਦਾ ਹੈ ਤਾਂ ਉਹਦਾ ਕੋਈ ਵੀ ਸੰਸਥਾ ਦੇ ਲਈ ਕੋਈ ਅਹਿਮੀਅਤ ਨਹੀਂ ਹੈ।
ਤੇ ਉਹਦਾ ਖਾਤਮੇ ਵੱਲ ਉਹਦਾ ਜਿਹੜਾ ਦੌਰ ਸ਼ੁਰੂ ਹੋ ਜਾਂਦਾ ਤੇ ਇਹਨਾਂ ਨੇ ਸ਼ੁਰੂ ਕਰ ਲਿਆ। ਕਿਉਂਕਿ ਚਾਹੇ ਤੁਸੀਂ ਕਿਸੇ ਵੀ ਇਹਨਾਂ ਦੇ ਕਿਸੇ ਵੀ ਥਾਂ ਤੋਂ ਚੱਕ ਲਓ, ਇਹਨਾਂ ਨੂੰ ਬਾਦਲ ਤੋਂ ਬਗੈਰ ਕੁਝ ਨਹੀਂ ਸੁੱਝਦਾ। ਈਵਨ ਜਦੋਂ ਬੇਅਦਬੀ ਦੀ 2015 ਦੇ ਵਿੱਚ ਬੇਅਦਬੀ ਹੋਈਆਂ ਤਾਂ ਚਾਹੇ ਉਸ ਸਮੇਂ ਦੇ ਤਖਤਾਂ ਦੇ ਜਹੇਦਾਰ ਸੀਗੇ ਜਿਹੜੇ ਕਿ ਇਹਨਾਂ ਵੱਲੋਂ ਅਪੁਆਇੰਟਡ ਸੀਗੇ ਵਾਇਆ ਮੀਡੀਆ ਸ਼੍ਰੋਮਣੀ ਕਮੇਟੀ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸੀਗੇ, ਸਾਰੇ ਸਾਰੇ ਹੀ ਬਾਦਲ ਭਗਤ ਬਣੇ ਵੀ ਸੀਗੇ। ਕਿਸੇ ਨੇ ਵੀ ਉਸ ਬੇਅਦਬੀ ਵਾਲੇ ਸਖ਼ਤ ਸਟੈਂਡ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਨੇ ਵੀ ਸੈਣੀ ਬਾਰੇ ਸਟੈਂਡ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਨੇ ਵੀ ਜਿਹੜੀ ਉਸ ਸਮੇਂ ਜਿਹੜਾ ਜੋ ਵੀ ਵਾਪਰ ਰਿਹਾ ਸੀਗਾ ਜੋ ਸਿੱਖ ਨਸਲ ਕੁਸੀ ਬਾਰੇ ਸੀਗੇ, ਚਾਹੇ ਦਿੱਲੀ ਦੀ ਆਓ, ਕਿਸੇ ਨੇ ਇਹਨਾਂ ਚੋਂ ਅੱਜ ਤੱਕ ਗੁਰਦੁਆਰਾ ਗਿਆਨ ਗੋਦੜੀ ਬਾਰੇ ਸਟੈਂਡ ਨਹੀਂ ਲੈਣ ਦੀ ਕੋਸ਼ਿਸ਼ ਕੀਤੀ, ਕਿਸੇ ਨੇ ਵੀ ਜਿਹੜਾ ਗਵਾਲੀਅਰ ਗੁਰਦੁਆਰਾ ਪਊਆ ਸਾਹਿਬ ਸੀਗਾ ਉਹਦੇ ਬਾਰੇ ਸਟੈਂਡ ਲੈਣ ਦੀ ਕੋਸ਼ਿਸ਼ ਨਹੀਂ ਕੀਤੀ, ਕਿਸੇ ਨੇ ਵੀ NSA ਬਾਰੇ ਜਿਹੜੇ ਸਖ਼ਤ ਕਾਨੂੰਨਾਂ ਬਾਰੇ ਕੁਛ ਨਹੀਂ ਕੀਤੀ, ਬਲਕਿ ਵੋਟਾਂ ਤੱਕ ਬੰਦ ਰਹੇ, ਧਾਰਾ 370 ਤੋੜਨ ਵੱਲ ਵੀ ਸਾਥ ਦਿੰਦੇ ਰਹੇ। ਸੋ ਕਹਿਣ ਦਾ ਭਾਵ ਆ ਅਕਾਲੀ ਦਲ ਆਪਣੇ ਸਿਧਾਂਤਾਂ ਤੋਂ ਬਿਲਕੁਲ ਇੱਕ ਨਵਾਂ ਅਕਾਲੀ ਦਲ ਸਿਰਜਣ ਦੀ ਲੋੜ ਆ ਜਿਹਦੇ 'ਚ ਔਰ ਇਹਦੇ ਲਈ ਜਿਹੜੇ ਜਹੇਦਾਰਾਂ ਜਿਹੜੇ ਹੁਣ ਜਹੇਦਾਰ ਤਖਤਾਂ ਦੇ ਜਹੇਦਾਰ ਬੈਠੇ ਆ ਉਹਨਾਂ ਨੂੰ ਵੀ ਜ਼ੁਰਤ ਦਿਖਾਉਣ ਦੀ ਲੋੜ ਆ। ਇਹ ਕੋਈ ਐਡਾ ਮਸਲਾ ਨਹੀਂ ਹੈਗਾ, ਕੌਮ ਲਈ ਇੱਕੋ ਮਸਲਾ ਰਹਿ ਗਿਆ, ਇੰਨੇ ਇੰਨੇ ਦਿਨ ਲਗਾ ਦੋ, ਜਿਹੜਾ ਵੀ ਕੰਮ ਕਰਨਾ ਉਹਨਾਂ ਨੂੰ ਕਰਕੇ ਪਰਾਂ ਕਰਨਾ ਚਾਹੀਦਾ ਹੈ ਤੇ ਬਿਲਕੁਲ ਸਟੈਂਡ ਲੈਣਾ ਚਾਹੀਦਾ। ਜਿਉਂ ਜਿਉਂ ਟਾਈਮ ਲੰਘੀ ਜਾਊਗਾ ਇਹ ਮਸਲੇ ਹੋਰ ਵੀ ਪੇਚੀਦਾ ਹੋਈ ਜਾਣੇ ਆ ਤੇ ਉਹਨਾਂ ਨੂੰ ਹੁਣ ਆਪਣੇ ਜਿਹੜੇ ਆਪਣੇ ਅਕਾਲ ਤਖ਼ਤ ਦੇ ਪੁਰਾਣੇ ਜਿਹੜੇ ਚਾਹੀਦਾ ਨਾ ਉਹਨਾਂ ਤੋਂ ਸੇਧ ਲੈਣ ਦੀ ਲੋੜ ਆ, ਨਾ ਕਿ ਆਪਣੀਆਂ ਕੁਰਸੀਆਂ ਬਚਾਉਣ ਦੀ ਲੋੜ ਆ। ਜਦ ਤੱਕ ਇਸ ਤਰ੍ਹਾਂ ਸੁਹਿਰਤਾ ਦੇ ਨਾਲ ਦਲੇਰੀ ਨਾਲ ਜਹੇਦਾਰ ਫੈਸਲਾ ਨਹੀਂ ਲੈਣਗੇ ਤੇ ਤਾਂ ਇਸ ਅਕਾਲੀ ਦਲ ਦਾ ਕਿਆ ਦੂਜੇ ਅਕਾਲੀ ਦਲਾਂ ਦਾ ਵੀ ਕੋਈ ਭਲਾ ਨਹੀਂ ਹੋਣ ਲੱਗਿਆ। ਕਿਉਂਕਿ ਸਿੱਖ ਕੌਮ ਨੇ ਫੈਸਲਾ ਕਰ ਲਿਆ ਵੀ ਸੁਖਬੀਰ ਬਾਦਲ ਦੀ ਜੇਕਰ ਉਹਨਾਂ ਨੂੰ ਅਗਵਾਈ ਕਬੂਲ ਹੁੰਦੀ ਤਾਂ ਅਕਾਲੀ ਦਲ ਦਾ ਇਹ ਹਾਲ ਨਾ ਹੁੰਦਾ। ਤੇ ਇਹਨਾਂ ਨੇ ਜਿਹੜਾ ਪੁੱਛਣਾ ਇਹਨਾਂ ਨੇ ਆਪਣੇ ਬਣਾਏ ਹੋਏ ਕੁਰਸੀ ਦੇ ਜਿਹੜੇ ਕੁਰਸੀਆਂ ਦਿੱਤੀਆਂ ਉਹਨਾਂ ਤੋਂ ਪੁੱਛਣਾ, ਨਾ ਕਿ ਪੰਥ ਨੂੰ ਪੁੱਛਣਾ। ਜੇ ਇਹਨਾਂ ਨੇ ਸਲਾਹ ਲੈਣੀ ਆ ਤਾਂ ਪੰਥ ਤਾਂ ਕਈ ਵਾਰ ਦੇ ਚੁੱਕੇ ਆ, ਪੰਥ ਤਾਂ ਕਈ ਵਾਰ ਰਿਜੈਕਟ ਕਰ ਚੁੱਕੇ ਆ, ਫਿਰ ਇਹਨਾਂ ਨੂੰ ਹੋਰ ਕਿਹੜੀ ਸਲਾਹ ਦੀ ਲੋੜ ਆ। ਤੇ ਆਹ ਜਿਹੜੀਆਂ ਗੱਲਾਂ ਹੁਣ ਸਰਦਾਰ ਵਿਰਸਾ ਸਿੰਘ ਹੋਣੀ ਕਰਦੇ ਆ ਉਹ ਤਾਂ ਆਪਣੀ ਉਸ ਚੋਂ ਜਿਹੜੀ ਉਹਨਾਂ ਦੇ ਨਾਲ ਵਾਪਰੀ ਆ ਉਹਦੇ ਕਰਕੇ ਕਿੜ ਕੱਢਣ ਲਈ ਹਰਪ੍ਰੀਤ ਸਿੰਘ ਦੇ ਅਟੈਕ ਕਰਦੇ ਆ, ਨਾ ਕੋਈ ਪੰਥ ਦੇ ਭਲੇ ਲਈ। ਤੇ ਉਹਨਾਂ ਨੂੰ ਇਸ ਤੋਂ ਉੱਭਰਨ ਦੀ ਲੋੜ ਆ, ਪੰਥ ਬਾਰੇ ਸੋਚਣ ਦੀ ਲੋੜ ਆ। ਤੇ ਜਿਹੜੇ ਅਕਾਲੀ ਦਲ ਜਿਹੜੇ ਪਹਿਲਾਂ ਵੀ ਬਣੇ ਆ ਨਾ ਅਕਾਲੀ ਦਲ, ਮੈਂ ਕਹਿੰਦਾ ਜਿਨ੍ਹਾਂ ਦੇ ਜ਼ਮੀਰ ਵਾਲੇ ਲੋਕ ਆ ਉਹਨਾਂ ਨੇ ਅਕਾਲੀ ਦਲ ਇਹਨਾਂ ਤੋਂ ਅੱਡ ਹੋ ਕੇ ਬਣਾ ਕੇ ਆਪਣੀ ਆਵਾਜ਼ ਬੁਲੰਦ ਕਰਨ ਦੀ ਕੋਸ਼ਿਸ਼ ਕੀਤੀ ਆ, ਚਾਹੇ ਅਕਾਲੀ ਦਲ ਅੰਮ੍ਰਿਤਸਰ ਆ, ਚਾਹੇ ਅਕਾਲੀ ਦਲ ਸੰਤਰ ਆ ਜਾਂ ਕੋਈ ਹੋਰ ਆ, ਘੱਟੋ ਘੱਟ ਉਹਨਾਂ ਨੇ ਆਪਣੇ ਬਖਰੇਵੇਂ ਦਾ ਸ਼ੋਅ ਕਰੇ, ਪੰਥ ਦੀ ਗੱਲ ਤਾਂ ਕਰਦੇ ਆ ਚਾਹੇ ਘੱਟਾਂ ਚਾਹੇ ਵੱਧਾਂ। ਸੋ ਇਹ ਗੱਲ ਜਿਹੜੀ ਆ ਇਹਨਾਂ ਦਾ ਜਿਹੜਾ ਇਹ ਪੈਂਤੜਾ ਇਹਦਾ ਕੋਈ ਵੀ ਹੱਲ ਨਹੀਂ ਦਿਖ ਰਿਹਾ, ਇਹ ਪੰਥ ਹੋਰ ਵੀ ਗੁੰਝਲਦਾਰ ਵੱਲ ਪਾਏ ਪਾਸੇ ਪਾ ਰਹੇ ਆ। ਤੁਸੀਂ ਠੀਕ ਕਹਿ ਰਹੇ ਹੋ, ਜੇ ਤਾਂ ਲੋਕਾਂ ਦੀ ਸੰਗਤ ਦੀ ਸਿੱਖ ਕੌਮ ਦੀ ਗੱਲ ਕਰਨੀ ਹੈ, ਕੌਮ ਨੇ ਤਾਂ ਫਤਵਾ ਖਡੂਰ ਸਾਹਿਬ ਕੀ ਦਿੱਤਾ। ਜਦੋਂ ਖਡੂਰ ਸਾਹਿਬ ਦੇ ਵਿੱਚ ਇਹਨਾਂ ਨੇ ਇਹ ਕਿਹਾ ਬਿਰਸਾ ਸਿੰਘ ਬਲਟੋਹਾ ਤੇ ਸੁਖਬੀਰ ਸਿੰਘ ਬਾਦਲ ਨੇ ਕਿ ਜੀ ਇਹ ਬੰਦਾ ਤਾਂ ਏਜੰਸੀਆਂ ਦਾ, ਤੇ ਕੌਮ ਨੇ ਫਿਰ ਦਿਖਾਤਾ ਰਿਜੈਕਟ ਕਰਤਾ ਇਹਨਾਂ ਨੂੰ ਤੇ ਦੱਸਤਾ ਵੀ ਨਹੀਂ। ਫਿਰ ਫਰੀਦਕੋਟ ਚ ਵੀ ਇਹੋ ਜਿਹਾ ਕੁਛ ਹੋਇਆ ਤੇ ਫਿਰ ਪਹਿਲਾਂ ਆਪਾਂ ਸ਼ੁਰੂ ਚ ਲਾ ਲਓ, ਚਾਹੇ ਉਹ 17, 22, 24, 19, 24 ਚਾਰ ਇਲੈਕਸ਼ਨ ਇਕੱਠੀਆਂ, ਹੋਰ ਕਿਸ ਕਿਸਮ ਦਾ ਫਤਵਾ ਕੌਮ ਤੋਂ ਇਹ ਚਾਹੁੰਦੇ ਨੇ। ਹਾਂ, ਇਹ ਗੱਲ ਵਿਰਾਟ ਸਾਹਿਬ ਤੁਹਾਡੀ ਬਿਲਕੁਲ ਠੀਕ ਹੈ, ਜਿਹੜੀ ਗੱਲ ਤੁਸੀਂ ਹੁਣ ਕਹੀ ਹੈ ਜਾਂ ਬਾਕੀ ਪੈਨਲਿਸਟ ਵੀ ਇਹੀ ਕਹਿ ਰਹੇ ਨੇ, ਜਿਨ੍ਹਾਂ ਤੋਂ ਭੁੰਦੜ ਸਾਹਿਬ ਨੇ ਪੁੱਛਣਾ ਹੈ ਉਹ ਤਾਂ ਪਹਿਲਾਂ ਵੀ ਪੁੱਛ ਚੁੱਕੇ ਨੇ, ਬੁਲਾ ਕੇ ਉਹ ਦੱਸ ਚੁੱਕੇ ਨੇ। ਹੁਣ ਦੁਬਾਰਾ ਉਹਦੇ ਚ ਲੱਗਦਾ ਤਾਂ ਇਹੀ ਹੈ ਮੈਨੂੰ ਕਿ ਇਹ ਦੱਸਣਾ ਚਾਹੁੰਦੇ ਕਿ ਦੁਬਾਰਾ ਨਾ ਕਿਹਾ ਜਾਵੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਂ ਜਥੇਦਾਰ ਸਾਹਿਬਾਨ ਵੱਲੋਂ ਕਿ ਤੁਸੀਂ ਅਸਤੀਫਾ ਦੇ ਕੇ ਆਓ। ਇਹ ਕਹਿਣਗੇ ਮੈਂ ਤਾਂ ਅਸਤੀਫਾ ਦੇ ਦਿੱਤਾ ਹੋਇਆ, ਮਨਜ਼ੂਰ ਹੀ ਨਹੀਂ ਹੋਇਆ। ਪੰਨੂ ਸਾਹਿਬ ਕਿਵੇਂ ਲੱਗਦਾ ਤੁਹਾਨੂੰ?
ਵਾਲੀਆ ਸਾਹਿਬ, ਜਿਹੜਾ ਅਸਤੀਫੇ ਦਾ ਡਰਾਮਾ ਆ, ਇਹਦਾ ਰਿਜ਼ਲਟ ਕੀ ਨਿਕਲੂਗਾ, ਇਹਦਾ ਜਿਹੜਾ ਬਾਅਦ ਨਤੀਜਾ ਕੀ ਆਊਗਾ? ਇਸ ਤੋਂ ਵੱਡਾ ਇੱਕ ਹੋਰ ਸਵਾਲ ਹੈ ਜਿਹੜੇ ਮੇਰੇ ਮਨ ਵਿੱਚ ਹੈ, ਉਹ ਜਿਹੜੇ ਹਰ ਸਿੱਖ ਦੇ ਮਨ ਵਿੱਚ ਹੈ, ਤੇ ਉਹ ਸਵਾਲ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੇ ਉਹ ਸਾਰੇ ਮੈਂਬਰਾਂ ਦੇ ਅੱਗੇ ਹੈ ਜਿਨ੍ਹਾਂ ਨੇ ਇਸ ਮੁੱਦੇ ਤੇ ਫੈਸਲਾ ਲੈਣਾ ਆ। ਉਹ ਸਵਾਲ ਇਹ ਹੈ ਕਿ ਜਿਹੜੀ ਇਹ ਪੰਥ ਦੀ ਸਿਰਮੌਰ ਜਥੇਬੰਦੀ ਹੈ, ਜਿਹੜੀ ਸ਼ਹਾਦਤਾਂ ਤੋਂ ਬਾਅਦ ਹੋਂਦ ਵਿੱਚ ਆਈ, ਕੀ ਇਹਦਾ ਪ੍ਰਧਾਨ ਕੋਈ ਤਨਖਾਹੀਆ ਸਿੱਖ ਹੋ ਸਕਦਾ ਹੈ? ਦੇਖੋ, ਗੱਲ ਇਹ ਹੈ ਕੱਲ ਨੂੰ ਸਜ਼ਾ ਕੀ ਸੁਣਾਈ ਜਾਣੀ ਹੈ ਇਹ ਜਥੇਦਾਰਾਂ ਨੇ ਤੈਅ ਕਰਨਾ ਹੈ, ਪਰ ਦੋਸ਼ੀ ਕਰਾਰ ਦਿੱਤਾ ਜਾ ਚੁੱਕਾ ਹੈ। ਤਨਖਾਹੀਏ ਦਾ ਮਤਲਬ ਹੁੰਦਾ ਕਿ ਦੋਸ਼ੀ ਕਰਾਰ ਦਿੱਤਾ ਜਾਣਾ, ਔਰ ਦੋਸ਼ੀ ਕਿਸੇ ਪਰਸਨਲ ਕੁਰੈਤ ਕਰਕੇ, ਨਾਰਮਲ ਕੁਰੈਤ ਜਾਂ ਬੱਜਰ ਕੁਰੈਤ ਕਰਕੇ ਉਹਨਾਂ ਨੂੰ ਜਿਹੜਾ ਦੋਸ਼ੀ ਕਰਾਰ ਨਹੀਂ ਦਿੱਤਾ ਗਿਆ। ਦੋਸ਼ੀ ਜਿਨ੍ਹਾਂ ਦੋਸ਼ਾਂ ਦੇ ਤਹਿਤ ਕਰਾਰ ਦਿੱਤਾ ਗਿਆ ਉਹ ਸਾਰੇ ਦੋਸ਼ ਕੌਮ ਦਾ ਘਾਣ ਕਰਨ ਵਾਲੇ ਨੇ। ਮੈਂ ਦੁਹਰਾਉਂਦਾ ਨਹੀਂ, ਸਾਰੇ ਬਰਾੜ ਸਾਹਿਬ ਦੁਹਰਾ ਚੁੱਕੇ ਨੇ, ਸਾਨੂੰ ਸਾਰਿਆਂ ਨੂੰ ਪਤਾ ਜਿੰਨੀਆਂ ਵੀ ਗੱਲਾਂ ਹੋਈਆਂ, ਚਾਹੇ ਉਹ ਬੇਦ ਵਿਧੀਆਂ ਨੇ ਚਾਹੇ ਸਮੈਸ ਨੇ, ਜਿੰਨੇ ਵੀ ਮਸਲੇ ਨੇ, ਇਹ ਜਿੰਨੇ ਵੀ ਦੋਸ਼ ਸੁਖਬੀਰ ਸਿੰਘ ਬਾਦਲ ਤੇ ਲੱਗੇ ਹੈ, ਇਹ ਸਾਰੇ ਦੇ ਸਾਰੇ ਦੋਸ਼ ਜਿਹੜੇ ਹੈ ਸਿੱਖ ਕੌਮ ਦਾ ਧਾਨ ਕਰਨ ਵਾਲੇ ਦੋਸ਼ ਹੈ, ਉਹਨਾਂ ਲੋਕਾਂ ਦੇ ਨਾਲ ਖੜੇ ਹੋਣ ਵਾਲੇ ਦੋਸ਼ ਹੈ ਜਿਨ੍ਹਾਂ ਨੇ ਸਿੱਖ ਕੌਮ ਦਾ ਘਾਣ ਕੀਤਾ, ਸਿੱਖ ਨੌਜਵਾਨਾਂ ਦਾ ਨੁਕਸਾਨ ਕੀਤਾ ਤੇ ਸਿੱਖੀ ਦਾ ਨੁਕਸਾਨ ਕੀਤਾ। ਸੋ ਐਡੇ ਗੰਭੀਰ ਆਰੋਪ ਜਿਹਦੇ ਤੇ ਸਾਬਤ ਹੋ ਗਏ ਹੁਣ, ਤਨਖਾਹੀਏ ਦਾ ਮਤਲਬ ਹੀ ਹੈ ਕਿ ਆਰੋਪ ਸਾਬਤ ਹੋ ਗਏ ਨੇ। ਸੋ ਮੇਰਾ ਵਰਕਿੰਗ ਕਮੇਟੀ ਤੋਂ ਇੱਕ ਬੜਾ ਵੱਡਾ ਸਵਾਲ ਹੈ ਕਿ ਇੱਕ ਤਨਖਾਹੀਆ ਸਿੱਖ ਜਿਹਦੇ ਤੇ ਕੌਮ ਦੇ ਘਾਣ ਕਰਨ ਦੇ ਆਰੋਪ ਲੱਗੇ ਹੋਣ, ਉਹ ਕੌਮ ਦੀ ਜਥੇਬੰਦੀ ਦਾ ਪ੍ਰਧਾਨ ਰਹਿ ਸਕਦਾ ਹੈ? ਬੜਾ ਚੰਗਾ ਹੁੰਦਾ ਜਿੱਦਣ ਤਨਖਾਹੀਆ ਘੋਸ਼ਿਤ ਕੀਤਾ ਗਿਆ ਸੀ ਉਦਣ ਸੁਖਬੀਰ ਸਿੰਘ ਬਾਦਲ ਉਸੇ ਟਾਈਮ ਅਸਤੀਫਾ ਦੇ ਦਿੰਦੇ, ਜੇ ਨਾ ਦਿੰਦੇ ਤੇ ਵਰਕਿੰਗ ਕਮੇਟੀ ਉਹਨਾਂ ਨੂੰ ਹਟਾ ਦਿੰਦੀ ਕਿ ਪ੍ਰਧਾਨ ਸਾਹਿਬ ਜਿੰਨਾ ਚਿਰ ਤੁਹਾਨੂੰ ਸਜ਼ਾ ਆਈ ਜਾਂਦੀ ਤੁਸੀਂ ਸਜ਼ਾ ਪੂਰੀ ਨਹੀਂ ਕਰ ਸਕਦੇ, ਉਹਨਾਂ ਚਿਰ ਵਰਕਿੰਗ ਕਮੇਟੀ ਤੁਹਾਨੂੰ ਪ੍ਰਧਾਨ ਨਹੀਂ ਮੰਨਦੀ, ਜਦੋਂ ਉੱਥੋਂ ਮੁਕਤ ਹੋ ਕੇ ਆ ਜਾਓਗੇ, ਸੁਰਖਰੂ ਹੋ ਕੇ ਆ ਜਾਓਗੇ, ਫਿਰ ਵਿਚਾਰ ਕੀਤਾ ਜਾਵੇਗਾ। ਸੋ ਸਭ ਤੋਂ ਵੱਡਾ ਤੇ ਗੁਨਾਹ ਜਿਹੜੀ ਹੈ ਵਰਕਿੰਗ ਕਮੇਟੀ ਔਰ ਜਿਨ੍ਹਾਂ ਲੋਕਾਂ ਦੇ ਉੱਤੇ ਪਾਈ ਜਾ ਰਹੀ ਹੈ ਗੱਲ ਵੀ ਉਹ ਫੈਸਲਾ ਲੈਣਗੇ, ਉਹ ਸਭ ਤੋਂ ਵੱਡਾ ਗੁਨਾਹ ਅਕਾਲ ਤਖਤ ਸਾਹਿਬ ਦੇ ਖਿਲਾਫ ਕਰ ਰਹੇ ਹੈ, ਸਿੱਖੀ ਸਿਧਾਂਤਾਂ ਦੇ ਖਿਲਾਫ ਕਰ ਰਹੇ ਹੈ, ਔਰ ਜਿਹੜੀ ਕੌਮ ਦੀ ਅੱਜ ਤੱਕਣ ਦੀ ਜਿਹੜੀ ਹੈ ਮਰਿਆਦਾ ਚੱਲਦੀ ਹੈ, ਉਸ ਮਰਿਆਦਾ ਦਾ ਘਾਣ ਕਰ ਰਹੇ ਹੈ ਕਿ ਇੱਕ ਬੰਦਾ ਤਨਖਾਹੀਆ ਘੋਸ਼ਿਤ ਹੋ ਕੇ ਅੱਜ ਵੀ ਸਿਰਮੌਰ ਸ਼ਹੀਦਾਂ ਦੀ ਜਥੇਬੰਦੀ ਜਿਹੜੀ ਹੈ ਜਿਹਨੇ ਬੜੀਆਂ ਕੁਰਬਾਨੀਆਂ ਬੜੇ ਮੋਰਚੇ ਜਿੱਤੇ ਨੇ, ਉਸ ਜਥੇਬੰਦੀ ਦਾ ਅੱਜ ਵੀ ਪ੍ਰਧਾਨ ਹੈਗਾ ਆ ਹਾਲੇ ਤੱਕਣ, ਕਿਉਂਕਿ ਅਸਤੀਫਾ ਮਨਜ਼ੂਰ ਨਹੀਂ ਹੋਇਆ। ਸੋ ਇਹ ਆਪਣੇ ਆਪ 'ਚ ਬੜਾ ਵੱਡਾ ਸਵਾਲ ਹੈ ਜਿਹਦੇ ਉੱਤੇ ਵਰਕਿੰਗ ਕਮੇਟੀ ਨੂੰ ਵਿਚਾਰ ਕਰਨਾ ਚਾਹੀਦਾ ਸੀ, ਲੇਕਿਨ ਨਹੀਂ ਕੀਤਾ, ਤੇ ਜੇ ਨਹੀਂ ਕੀਤਾ ਇਹਦਾ ਮਤਲਬ ਜਿਹੜਾ ਇਸ ਹਮਾਮ ਵਿੱਚ ਸਾਰੇ ਨੰਗੇ ਨੇ, ਸਾਰੇ ਇਸ ਗੁਨਾਹਾਂ ਦੇ ਵਿੱਚ ਉਹਨਾਂ ਦੇ ਬਰਾਬਰ ਦੇ ਭਾਗੀਦਾਰ ਨੇ, ਤੇ ਉਹਨਾਂ ਗੁਨਾਹਾਂ ਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਨੇ, ਜੋ ਬੜੀ ਸ਼ਰਮ ਵਾਲੀ ਗੱਲ ਹੈ। ਕੌਮ ਦੇ ਵਾਸਤੇ ਮੈਂ ਸਮਝਦਾ ਕਿ ਇਸ ਤੋਂ ਵੱਡਾ ਦੁਖਾਂਤ ਕੋਈ ਨਹੀਂ ਹੋ ਸਕਦਾ। ਜੀ ਬਿਲਕੁਲ ਠੀਕ ਹੈ, ਦੁਖਾਂਤ ਤਾਂ ਹੈ ਹੀ, ਜਗ੍ਹਾ ਕੁਛ ਨਹੀਂ, ਰੋਸ਼ਨੀ ਨਜ਼ਰ ਨਹੀਂ ਆ ਰਹੀ ਕਿ ਕਿੱਧਰ ਜਾਣਾ। ਈਵਨ ਸੁਧਾਰ ਲਹਿਰ ਵੀ ਜਿਹੜੀ ਹੈ ਉਹ ਕਲੀਅਰ ਨਹੀਂ। ਸੁਧਾਰ ਲਹਿਰ ਵਾਲਿਆਂ ਨੇ ਮੰਨ ਲਓ ਕਿ ਜੀ ਇਹ ਜੇ ਦੁਬਾਰਾ ਜਿਵੇਂ ਕਿਹਾ ਦਲਜੀਤ ਸਿੰਘ ਚੀਮਾ ਨੇ ਕਿ ਜੀ ਅਸੀਂ ਭਰਤੀ ਦਾ ਪ੍ਰੋਸੈਸ ਸ਼ੁਰੂ ਕਰਨਾ ਹੈ, 14 ਦਸੰਬਰ ਨੂੰ ਦੁਬਾਰਾ ਚੁਣ ਲੈਣਾ, ਅਸੀਂ ਭਰਤੀ ਕਰ ਲੈਣੀ ਹੈ। ਸੁਧਾਰ ਲਹਿਰ ਦੇ ਕੋਲ ਕੀ ਲਾਈਨ ਆਫ ਐਕਸ਼ਨ ਹੈ ਕਿ ਉਹ ਇਕੱਠੇ ਹੋ ਕੇ ਉਹ ਵੀ ਭਰਤੀ ਕਰਨ? ਕਿਵੇਂ ਹੋ ਗਿਆ ਸਾਰਾ ਕੁਛ? ਭਰਤੀਆਂ ਕਿਵੇਂ ਹੁੰਦੀਆਂ ਨੇ, ਕਿਸ ਤਰੀਕੇ ਨਾਲ ਸਰਕਲ ਜਥੇਦਾਰ ਚੁਣੇ ਜਾਂਦੇ ਨੇ, ਇਹ ਵੀ ਸਭ ਨੂੰ ਪਤਾ ਹੈ ਜੋ ਕੁਛ ਹੁਣ ਤੱਕ ਚੱਲਦਾ। ਸੋ ਕਲੈਰਿਟੀ ਉੱਧਰ ਵੀ ਨਜ਼ਰ ਨਹੀਂ ਆ ਰਹੀ। ਹਾਂ, ਉਹ ਇਸ਼ੂ ਜ਼ਰੂਰ ਖੜੇ ਕਰ ਰਹੇ ਨੇ। ਔਲਖ ਸਾਹਿਬ, ਆਪਣਾ ਵਧੀਆ ਸਾਹਿਬ, ਜੋ ਗੱਲ ਤੁਸੀਂ ਕਰ ਰਹੇ ਹੋ ਕਿ ਸੁਧਾਰ ਲਹਿਰ ਵਾਲੇ ਇਕੱਲੇ ਇਸ਼ੂ ਖੜੇ ਕਰ ਰਹੇ ਨੇ, ਦੇਖੋ ਇਸ਼ੂ ਖੜੇ ਕਰਨਾ ਵੀ ਇੱਕ ਵੱਡੀ ਗੱਲ ਹੈਗੀ। ਫਿਰ ਲੋਕਤੰਤਰ ਢੰਗ ਨਾਲ ਕਰਨਾ, ਇਹ ਨਹੀਂ ਕਿ ਅਸੀਂ ਆਪਦੀਆਂ ਕੋਈ ਫਜ਼ੂਲ ਗੱਲਾਂ ਕਰਦੇ ਹਾਂ। ਦੇਖੋ ਜੇ ਸੁਧਾਰ ਲਹਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਗਈ ਤਾਂ ਅਕਾਲ ਤਖ਼ਤ ਸਾਹਿਬ ਨੇ ਸੁਖਬੀਰ ਜੀ ਨੂੰ ਬੁਲਾਇਆ, ਉਹ ਉੱਥੇ ਗਏ, ਉੱਥੇ ਜੋ ਲਿਖ ਕੇ ਦੇ ਗਏ ਨੇ
ਉਹਨੂੰ ਉਹ ਆ ਜਿਹੜੀ ਹੁਣ ਚਿੱਠੀ ਦੇ ਕੇ ਇਹਦੇ ਵਿੱਚ ਕੂੜ ਪ੍ਰਚਾਰ ਕਹੀ ਜਾਂਦੇ ਨੇ, ਜਿਹੜਾ ਕਿ ਗੁਰੂ ਮਹਾਰਾਜ ਦੀ ਬੇਅਦਬੀ ਹੋਈ, ਬੰਦੇ ਫੜੇ ਨਹੀਂ ਗਏ, ਉਹ ਬੇਅਦਬੀ ਦਾ ਇਨਸਾਫ ਮੰਗਦੇ ਬੰਦਿਆਂ ਤੇ ਗੋਲੀਆਂ ਚਲਾ ਦਿੱਤੀਆਂ, ਉਹ ਪਹਿਲਾਂ ਹੋਰ ਬੰਦੇ ਫੜ ਲਏ ਜਿਹਨਾਂ ਦਾ ਕੋਈ ਉਹਦੇ ਵਿੱਚ ਚਲਾਕਾਂ ਜਗ੍ਹਾ ਨਹੀਂ ਸੀ, ਇਹ ਸਾਰੀਆਂ ਗੱਲਾਂ ਸੱਚੀਆਂ ਸਨ। ਇਹਨਾਂ ਸੱਚੀਆਂ ਗੱਲਾਂ ਨੂੰ ਕਹਿੰਦੇ ਜੀ ਕੂੜ ਪ੍ਰਚਾਰ ਹੈ। ਉਸ ਤੋਂ ਬਾਅਦ ਮੈਂ ਚਿੱਠੀ ਪੜ੍ਹ ਰਿਹਾ ਸੀਗਾ, ਉਹ ਕਹਿੰਦੇ ਸੀ ਕਿਸੇ ਕੋਈ ਮਤਲਬ ਕਿ ਕਿਸੇ ਧਾਰਮਿਕ ਸਮਾਜਿਕ ਗੱਲ ਦਾ ਹਿੱਸਾ ਨਹੀਂ ਬਣਿਆ ਸੁਖਬੀਰ ਜੀ, ਜਿੰਨੇ ਚਿਰ ਰਿਹਾ 2.5 ਮਹੀਨੇ ਤਨਖਾਹੀਆ ਕਰਾ ਰਹੇ ਹੈ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਬੁਲਾ ਕੇ ਕਿ ਧਾਮੀ ਸਾਹਿਬ ਨੂੰ ਵੋਟ ਪਾਉਣੀ ਆ, ਉਹਦੇ ਘਰੇ ਬੁਲਾ ਰਹੇ, ਕਿਤੇ ਸਨੇਹ ਲਾ ਤੇ, ਸਾਰਾ ਕੁਛ ਕੀਤਾ। ਚਲੋ ਮੈਂ ਹੁਣ ਇਸ ਪਾਸੇ ਦੀ ਗੱਲ ਕਰਦਾ, ਮੈਂ ਆਪਦੀ ਇਸ ਗੱਲ ਦੇ ਉੱਤੇ ਆਉਣਾ ਕਿ ਜੀ ਮੈਨੂੰ ਲੱਗਦਾ ਇੱਕ ਖਦਸਾ ਹੈ, ਜਿਸ ਤਰ੍ਹਾਂ ਬਟਵਾ ਸਾਹਿਬ ਬੋਲੇ ਨੇ, ਜਿਸ ਤਰ੍ਹਾਂ ਐਨ ਕੇ ਸ਼ਰਮਾ ਬੋਲੇ ਨੇ, ਜਿਸ ਤਰ੍ਹਾਂ ਇਹਨਾਂ ਦੇ ਯੂਥ ਵਿੰਗ ਵਾਲੇ ਮੁੰਡੇ ਨਾਅਰੇ ਲਾ ਰਹੇ ਨੇ, ਕਹਿ ਰਹੇ ਨੇ, ਇਹ ਤਾਂ ਐਂ ਲੱਗਦਾ ਜਿਵੇਂ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰ ਰਹੇ ਨੇ। ਇਹ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਸਰਉੱਚਤ ਹੈ ਉਹਨੂੰ ਚੈਲੰਜ ਕਰ ਰਹੇ ਨੇ, ਕਿੱਡੀ ਮਾੜੀ ਗੱਲ ਹੈ ਜੀ। ਇਹਨਾਂ ਤੇ ਇੱਥੋਂ ਤੱਕ ਗੱਲ ਬਣਾ ਲਈ, ਹੁਣ ਜੋ ਅੰਦਰੋਂ ਅੰਦਰੀ ਗੱਲ ਇਹਨਾਂ ਦੀ ਚੱਲਦੀ ਹੈ, ਧੁੱਪਦੀ ਹੈ, ਇੱਕ ਦੂਜੇ ਕੋਲੇ ਗੱਲਾਂ ਕਰਦੇ ਨੇ ਕਿ ਜੀ ਸੁਖਬੀਰ ਜੀ ਤਾਂ ਬੜਾ ਪਰੇਸ਼ਾਨ ਹੋਏ, ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪਰੇਸ਼ਾਨ ਹੋਏ, ਇਹਨਾਂ ਨੇ ਵਾਰ ਵਾਰ ਕਹੇ ਸਾਨੂੰ ਬੁਲਾਓ ਜੀ, ਬੁਲਾਇਆ ਨਹੀਂ, ਤਨਖਾਹੀਆਂ ਕਰਾਰ ਦੇ ਤਾਂ ਕੋਈ ਪੁੱਛਦਾ ਨਹੀਂ। ਇਹ ਤਾਂ ਸਾਰਾ ਦੋਸ਼ ਅੰਦਰੋਂ ਅੰਦਰੀ, ਬਾਹਰੀ ਵੀ ਆ ਰਹੇ ਨੇ ਮਾੜਾ ਮੋਟਾ, ਹੋਰ ਵੀ ਸ਼ਾਇਦ ਅੱਗੇ ਨੂੰ ਉੱਗਲ ਪੈਣ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੋਸ਼ ਲਾਈ ਜਾਂਦੇ ਨੇ ਕਿ ਸਾਨੂੰ ਤਾਂ ਜੀ ਪਰੇਸ਼ਾਨੀ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕਰਤਾ। ਬਹੁਤ ਮਾੜੀਆਂ ਗੱਲਾਂ ਨੇ। ਲੇਕਿਨ ਉਸ ਤੋਂ ਬਾਅਦ ਦੇਖੋ ਵਰਕਿੰਗ ਕਮੇਟੀ ਦੀ ਮੀਟਿੰਗ ਜੋ ਅੱਜ ਹੋਈ, ਪਹਿਲਾਂ ਇਹਦੇ ਵਿੱਚ ਸੀਗਾ ਇਕੱਲਾ ਅਸਤੀਫਾ ਪ੍ਰਵਾਨ ਕਰਨ ਦਾ ਹੀ ਵਾਸਤੇ ਮੀਟਿੰਗ ਬੁਲਾਈ ਹੈ, ਸਾਨੂੰ ਸੀਗਾ ਕਿ ਅਸਤੀਫਾ ਪ੍ਰਵਾਨ ਕਰ ਲੈਣਾ ਜਦੋਂ ਉਹਨਾਂ ਨੇ ਦਿੱਤਾ ਹੀ ਹੈ ਪ੍ਰਧਾਨ ਜੀਆਂ ਨੇ। ਲੇਕਿਨ ਪਾਰਟੀ ਦੇ ਵਿੱਚ ਜੇ ਚਾਹੇ ਬੰਦਿਆਂ ਦੀ 10 ਦੀ ਪਾਰਟੀ ਆ ਚਾਹੇ 100 ਦੀ ਪਾਰਟੀ ਹੈ, ਪਾਰਟੀ ਦੇ ਵਿੱਚ ਜਿਹੜੇ ਮੁੱਦੇ ਵਿਚਾਰੇ ਜਾਂਦੇ ਨੇ ਉਹ ਇੱਕ ਪਰਿਵਾਰਕ ਹੁੰਦੇ ਨੇ, ਉਹ ਪਰਿਵਾਰ ਦੀ ਤਰ੍ਹਾਂ ਬਹਿ ਕੇ ਵਿਚਾਰੇ ਜਾਂਦੇ ਨੇ ਕਿ ਆਪਾਂ ਭਾਈ ਦੱਸੋ ਇਹਦੇ ਵਿੱਚ ਨਫਾ ਨੁਕਸਾਨ ਕੀ ਹੈ। ਹੁਣ ਅਸਤੀਫਾ ਜਦੋਂ ਕੋਈ ਗੱਲ ਚੱਲੀ ਹੈ ਉਹ ਪਹਿਲੀ ਜਿਹੜਾ ਕਾਰਜਕਾਰੀ ਪ੍ਰਧਾਨ ਹੈ, ਪਹਿਲੀ ਗੱਲ ਤਾਂ ਮੈਨੂੰ ਇਸ ਗੱਲ ਦਾ ਵੀ ਮਤਲਬ ਕਿ ਹੈਗਾ ਇਹਨਾਂ ਤੇ ਗਿਲਾ ਕੇ ਜਦੋਂ ਕਾਰਜਕਾਰੀ ਪ੍ਰਧਾਨ ਬਣਾਇਆ ਹੈ ਉਹ ਤਾਂ ਵਰਕਿੰਗ ਕਮੇਟੀ ਨੇ ਬਣਾਇਆ ਨਹੀਂ, ਉਹ ਤਾਂ ਸੁਖਬੀਰ ਬਾਦਲ ਜੀ ਨੇ ਬਣਾ ਤਾ ਘਰੇ ਬਹਿ ਕੇ, ਕਿ ਇਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਐਕਟਿੰਗ ਪ੍ਰਧਾਨ ਆ ਉਹ ਬਲਵਿੰਦਰ ਸਿੰਘ ਭੁੰਦੜ ਹੋਊਗਾ। ਕੱਲ ਬਲਵਿੰਦਰ ਸਿੰਘ ਭੁੰਦੜ ਦੀ ਹਾਜ਼ਰੀ ਦੇ ਵਿੱਚ ਕਹੀ ਗਏ ਨੇ ਬੰਦੇ ਕਿ ਅਸੀਂ ਤੁਹਾਡਾ ਜੇ ਤੁਸੀਂ ਪ੍ਰਵਾਨ ਕੀਤਾ ਜੀ ਅਸੀਂ ਨਹੀਂ ਮੰਨਦੇ, ਅੱਜ ਕਹੀ ਗਏ ਨੇ ਅਸੀਂ ਨਹੀਂ ਮੰਨਦੇ। ਇਹ ਮੀਟਿੰਗ ਕਾਹਦੀ ਹੋਈ ਜੀ ਵਰਕਿੰਗ ਕਮੇਟੀ ਦੀ? ਮੀਟਿੰਗ ਤਾਂ ਹੁੰਦੀ ਹੈ ਵਰਕਿੰਗ ਕਮੇਟੀ ਦੀ, ਮੀਟਿੰਗ ਦੇ ਵਿੱਚ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਤੋਂ ਗੱਲ ਪੁੱਛੀ ਜਾਂਦੀ ਹੈ, ਇਹ ਲਈ ਜਾਂਦੀ ਹੈ ਕਿ ਪ੍ਰਧਾਨ ਜੀ ਨੇ ਅਸਤੀਫਾ ਦਿੱਤਾ ਇਹਦੇ ਆਪਾਂ ਦੱਸੋ ਕੀ ਕਰੀਏ, ਕਿਵੇਂ ਤੁਹਾਡਾ ਰਹਿ ਮਸ਼ਵਰਾ ਕੀ ਹੈ। ਲੇਕਿਨ ਕੋਈ ਰਹਿ ਮਸ਼ਵਰੇ ਵਾਲੀ ਗੱਲ ਨਹੀਂ ਜੀ, ਉਹ ਦਵਾ ਦੇ ਵਿੱਚ ਜਿੰਦਾਬਾਦ ਜੀ ਮੁਰਦਾਬਾਦ ਜੀ ਇਹ ਐਂ ਕਰਦੇ ਨੇ, ਸੁਧਾਰ ਲਹਿਰ ਵਾਲੇ ਸਿੰਘ ਸਾਹਿਬ ਐਂ ਕਰਦੇ ਨੇ, ਇਹ ਗੱਲਾਂ ਜਿਹੜੀਆਂ ਹੈਗੀਆਂ ਮੀਟਿੰਗਾਂ ਦੀਆਂ ਜੀ, ਇਹ ਤਾਂ ਸਗੋਂ ਗੱਲ ਜਿਹੜੀ ਹੈਗੀ ਆ ਉਹ ਹੋਰ ਵੀ ਇਹ ਖਿਲਰ ਗਈ। ਇਹ ਤਾਂ ਸਿੱਖ ਜਗਤ ਦੇ ਵਿੱਚ ਕੌਮ ਦੇ ਵਿੱਚ ਇੱਕ ਨਵੀਂ ਦੁਵਿਧਾ ਆ ਗਈ ਕਿ ਇਸ ਤਰ੍ਹਾਂ ਹੁੰਦਾ, ਪ੍ਰਧਾਨ ਨੇ ਰਿਜ਼ਾਇਨ ਕਰਤਾ, ਦੂਜੇ ਦਿਨ ਮੀਟਿੰਗ ਬੁਲਾ ਲਈ, ਮੀਟਿੰਗ ਬੁਲਾਉਣ ਤੋਂ ਬਾਅਦ ਇਹਨੂੰ ਖੂਹ ਖਾਤੇ ਪਾਤਾ ਜੀ, ਉਹ ਤੁਸੀਂ ਪ੍ਰਵਾਨ ਨਹੀਂ ਕਰਨਾ ਅਪ੍ਰਵਾਨ ਕਰ ਲਓ, ਤੁਸੀਂ ਕਦੋਂ ਵੀ ਨਹੀਂ ਮੰਨਦੇ ਸੀ ਸਾਨੂੰ ਲੋੜ ਆ ਤੁਹਾਡੀ ਅਜੇ ਹੋਰ, ਤੁਸੀਂ ਇਹ ਕੀ ਕੀਤਾ ਨਾ ਉਹਨੂੰ ਪ੍ਰਵਾਨ ਕੀਤਾ ਨਾ ਉਹਨੂੰ ਰਿਜੈਕਟ ਕੀਤਾ ਅਸਵੀਕਾਰ ਕੀਤਾ ਨਾ ਸਵੀਕਾਰ ਕੀਤਾ। ਉਹ ਕਹਿੰਦੇ ਜੀ ਥੱਲੇ ਜਾਊਗਾ, ਹੁਣ ਇਹ ਉਹ ਥੱਲੜਿਆਂ ਨੇ ਵਿਚਾਰਿਆਂ ਨੇ ਉਹੀ ਗੱਲ ਜਿਹੜੀ ਪਹਿਲਾਂ ਬੁਲਾਈ ਤੁਸੀਂ ਕਹਿ ਵੀ ਬੁਲਾ ਕੇ ਕਰਤਾ। ਦੂਸਰੀ ਗੱਲ ਇੱਕ ਗੱਲ ਮੈਂ ਸਾਫ਼ ਕਰ ਦੇਣਾ ਕਿ ਸੁਧਾਰ ਲਹਿਰ ਜਿਹੜੀ ਹੈਗੀ ਆ ਉਹ ਕੋਈ ਜੇ ਪਾਰਟੀ ਨਹੀਂ ਬਣੀ,
ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਚਾਹੁੰਦੇ ਹਾਂ। ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਉਹੀ ਲੀਹਾਂ ਤੇ ਜੋ 1920 ਵੇਲੇ ਸੀ, ਜੋ ਐਮਰਜੈਂਸੀ ਵੇਲੇ ਸੀ, ਜਿਹਨਾਂ ਨੇ ਮੋਰਚੇ ਲਾਏ ਅਕਾਲੀ ਦਲ ਨੇ, ਜਿਹਨਾਂ ਤੋਂ ਸਰਕਾਰਾਂ ਡਰਦੀਆਂ ਸੀ। ਆ ਨਹੀਂ ਕਿ ਸਰਕਾਰਾਂ ਕੋਲੇ ਜਾਣਾ ਪੈਂਦਾ ਸੀ, ਸਾਡਾ ਮੰਗ ਪੱਤਰ ਲੈ ਲਓ ਜੀ, ਮੰਗ ਪੱਤਰ ਵੀ ਲੈਂਦੇ ਸੀਗੇ, ਅੱਜ ਵੀ ਲੈਂਦੇ ਨਹੀਂ। ਲੇਕਿਨ ਉਦੋਂ ਸਰਕਾਰਾਂ ਦਿੱਲੀ ਦੀਆਂ ਸਾਥੋਂ ਅਕਾਲੀ ਦਲ ਤੋਂ ਡਰਦੀਆਂ ਸੀ, ਅਕਾਲੀ ਦਲ ਦੇ ਪ੍ਰਧਾਨ ਤੋਂ, ਜਥੇਬੰਦੀ ਤੋਂ, ਅਕਾਲੀ ਦਲ ਤੋਂ। ਲੇਕਿਨ ਅੱਜ ਦਾ ਅਕਾਲੀ ਦਲ ਕਿਸੇ ਪਾਸੇ ਰਹੀ ਨਹੀਂ। ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈਗਾ, ਸੁਧਾਰ ਲਹਿਰ ਤਾਂ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨਾ ਚਾਹੁੰਦੀ ਹੈ। ਸਾਡਾ ਕੋਈ ਪ੍ਰਧਾਨ ਬਣਨ ਦਾ, ਸੁਧਾਰ ਲਹਿਰ ਦੇ ਕਿਸੇ ਵੀ ਆਗੂ ਦਾ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ ਦਾ ਕੋਈ ਇਰਾਦਾ ਨਹੀਂ। ਅਸੀਂ ਕਹਿੰਦੇ ਹਾਂ ਪੰਚ ਪ੍ਰਧਾਨੀ ਬਣਾ ਲਓ, ਪੰਜ ਬੰਦਿਆਂ ਨੂੰ ਬਹਿ ਕੇ ਕਰ ਲਓ ਵੀ ਕਿਹਨੇ ਪ੍ਰਧਾਨ ਬਣਨਾ ਹੈ। ਹੱਲ ਤਾਂ ਜੇ ਉਹਨਾਂ ਨੇ ਅਸਤੀਫੇ ਦੀ ਗੱਲ ਚਲਾਈ ਤੀ, ਉੱਥੇ ਇਹਨਾਂ ਨੇ ਮੁਕਾ ਦੀ, ਇਹ ਦੁਬਾਰਾ ਫਿਰ ਉੱਥੇ ਬਗਜੂ। ਮੈਂ ਇਸ ਹਰਿਆਣਾ ਸਾਹਿਬ ਤਾਂ ਕਿ ਜਦੋਂ ਤਨਖਾਹੀਆ ਕਰਾਰ ਦਿੱਤਾ ਸੀ ਸੁਖਬੀਰ ਜੀ ਨੂੰ, ਉਦੋਂ ਹੀ 5 ਮਿੰਟਾਂ ਬਾਅਦ ਇਹਨਾਂ ਨੇ ਰਿਜ਼ਾਇਨ ਕਰ ਦੇਣਾ ਚਾਹੀਦਾ ਸੀ। ਲੇਕਿਨ ਪੁਰਾਣੀਆਂ ਗੱਲਾਂ ਨੇ, ਜਦੋਂ 17 ਚ ਅਸੀਂ ਚੋਣ ਹਾਰੇ ਹਾਂ ਉਦੋਂ ਰਿਜ਼ਾਇਨ ਕਰ ਦਿੰਦੇ ਕਿ ਭਾਈ ਮੇਰੀ ਜ਼ਿੰਮੇਵਾਰੀ ਬਣ ਗਈ, ਉਦੋਂ ਬਾਅਦ ਰਿਜ਼ਾਇਨ ਕਰ ਦਿੰਦੇ। ਮੁਖ ਸਾਹਿਬ ਅਜਿਹੀ ਗੱਲ, ਸੁਖਦੇਵ ਸਿੰਘ ਢੀਂਡ ਸਾਹਿਬ ਨੇ ਵੀ ਅਜਿਹੀ ਗੱਲ ਕਹੀ ਹੈ ਕਿ ਮੈਂ ਕਿਹਾ ਸੀ ਵੱਡੇ ਬਾਦਲ ਸਾਹਿਬ ਨੂੰ ਕਿ ਤੁਸੀਂ ਆਪ ਸਾਂਭ ਲਓ, ਇਹਦਾ ਤੋਂ ਲੈ ਲਓ। ਕਹਿੰਦੇ ਫਿਰ ਇਹਦਾ ਰਿਐਕਸ਼ਨ ਦੇਖਣ ਵਾਲਾ ਸੀ, ਤੇ ਮੈਂ ਆਪਣੀ ਸਵੇਰ ਵਾਲੇ ਪ੍ਰੋਗਰਾਮ ਚ ਗੱਲ ਕੀਤੀ ਸੀ ਕਿ ਪੁੱਤਰ ਬਹੁ ਵੀ ਤਾਂ ਬੜੀ ਚੀਜ਼ ਹੁੰਦੀ ਹੈ ਨਾ, ਤੇ ਉਦੋਂ ਬਾਦਲ ਸਾਹਿਬ ਨੂੰ ਇਉਂ ਲੱਗਿਆ। ਖੈਰ ਔਰਖ ਸਾਹਿਬ, ਮੈਂ ਜਰਾ ਸੋਹਲੀ ਸਾਹਿਬ ਦੀ ਲਾਸਟ ਟਿੱਪਣੀ ਲੈ ਲਾ। ਸੋਹਲੀ ਸਾਹਿਬ ਇੱਕ ਮਿੰਟ ਵਾਲੀਆ ਸਾਹਿਬ, ਮੈਂ ਹੈਰਾਨ ਹਾਂ ਕਿ ਅੱਜ ਤੱਕ ਸਾਰਾ ਕੁਛ ਆਪਾਂ ਸਾਰਿਆਂ ਨੂੰ ਪਤਾ ਕਿ ਕਾਂਗਰਸ ਨੇ ਜੋ ਕੀਤਾ, ਕਾਂਗਰਸ ਨੂੰ ਆਪਾਂ ਸਾਰੇ ਭੰਡਦੇ ਰਹੇ, ਭੰਡਦੇ ਵੀ ਸੱਚ ਰਹੇ ਵੀ ਉਹਨੇ ਸਾਡਾ ਗੁਰੂ ਘਰ ਨਹੀਂ ਬਖਸੇ। ਅੱਜ ਮੈਂ ਹੈਰਾਨ ਹਾਂ ਵੀ ਆਹ ਜਿਹੜਾ ਨਾਰੇ ਲਾ ਲਾ ਕੇ ਤਨਖਾਹੀਏ ਬੰਦੇ ਨੂੰ ਜਿੰਦਾਬਾਦ ਕਹਿਣਾ, ਦੂਜੇ ਬੰਨੇ ਲੈ ਕੇ ਕਿੱਧਰ ਨੂੰ ਜਾ ਰਿਹਾ ਸੀ ਗੱਲ ਨੂੰ। ਤਨਖਾਹੀਆ ਬੰਦਾ ਜੇ ਜਿੰਦਾਬਾਦ ਹੈ, ਫਿਰ ਮੁਰਤਾਬਾਦ ਕੌਣ ਹੈ ਇਹ ਤਾਂ ਦੱਸ ਦੋ। ਤਨਖਾਹੀਆ ਜਿੰਦਾਬਾਦ ਹੈ, ਸਾਸਿਆਲਾ ਜਿੰਦਾਬਾਦ ਹੈ, ਨੂਰ ਮਹਿਲੀਆ ਜਿੰਦਾਬਾਦ ਹੈ, ਫਿਰ ਮੁਰਦਾਬਾਦ ਕਿਹਨੂੰ ਕਹੀਏ? ਸਰਦਾਰ ਲਹਿਰ ਵਾਲੇ ਸਾਡਾ ਭਰਾ ਉਲਖ ਬੈਠਾ ਹੈ, ਇਹ ਬਾਰ ਬਾਰ ਸੁਖਬੀਰ ਜੀ ਸੁਖਬੀ ਅਸੀਂ ਜੀ ਅਸੀਂ ਨੀ ਪ੍ਰਧਾਨ ਬਣਦੇ। ਇਹਦਾ ਮਤਲਬ ਤੁਸੀਂ ਚਾਹੁੰਦੇ ਹੋ ਵੀ ਪਹਿਲਾਂ ਉੱਥੋਂ ਹੀ ਆਏ ਹੋ, ਇੰਨੀ ਕਾਹਲੀ ਨਾ ਕਰੋ ਕਿ ਪਤਾ ਨੀ ਸੁਖਬੀਰ ਨਾਲ ਸਪੀਡ ਨਾਲ ਦੁਬਾਰਾ ਬਣਾ ਕੇ ਕੀ ਪਹਾੜ ਸਿੱਟ ਲਾਂਗੇ। ਤੁਸੀਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਵੇਂ ਅੰਗ ਰੋਏ ਨੇ ਨਾ, ਉਹ ਹਾਲ ਹੋਇਆ ਹੋਇਆ ਕੌਮ ਦਾ। ਜਿੰਨੀ ਦੇਰ ਜੇ ਉਹਨੂੰ ਗੁਰੂ ਸਮਝਦੇ ਹੋ ਹਾਜ਼ਰ ਨਾਜ਼ਰ, ਜਿੰਨੀ ਦੇਰ ਉਹਦੇ ਲਈ ਪਸ਼ਚਾਤਾਪ ਇਮਾਨਦਾਰੀ ਨਾਲ ਨਹੀਂ ਕਰਦੇ, ਸਾਰੇ ਰਲ ਕੇ ਤੁਹਾਡਾ ਹਾਲ ਇਹੀ ਰਹਿਣਾ। ਭੱਜ ਲਓ, ਰਾਜ ਭਾਗ ਤੇ ਬੜੇ ਇੱਥੇ ਆਏ ਨੇ, ਅਹਿਮਦ ਸਾਹਿਬ ਅਦਾਲੀ ਵਰਗੇ ਵੀ ਰੌਲਾ ਪਾਪਾ ਚਲੇ ਗਏ, ਕੱਖ ਨੀ ਬਣਨ ਲੱਗਿਆ। ਆ ਮੈਂ ਤਾਂ ਹੈਰਾਨ ਹਾਂ ਜੀ, ਇਹਨਾਂ ਦੇ ਬਣਾਏ ਜਥੇਦਾਰਾਂ ਦਾ ਕੋਈ ਹੁਕਮ ਹੀ ਨੀ। ਬਟੋਹੇ ਦੀ ਤੁਸੀਂ ਗੱਲ ਕਰੀ, ਬਟੋਹਾ ਤਾਂ ਅਗਲਿਆਂ ਨੇ ਕੱਢਿਆ ਹੋਇਆ, ਉਹ ਤਾਂ ਜਿਵੇਂ ਬੀਜੇਪੀ ਵਾਲੇ ਬੋਲੀ ਜਾਂਦੇ ਨੇ, ਹੋਰ ਬੋਲੀ ਜਾਂਦੇ ਨੇ, ਸ਼ਿਵ ਸੈਨਾ ਵਾਲੇ ਬੋਲੀ ਜਾਵੇ, ਉਹਦੇ ਬੋਲਣ ਦਾ ਅਰਥ ਨੀ। ਅਰਥ ਉਹਦਾ ਜਿਹੜਾ ਅਕਾਲ ਤਖ਼ਤ ਸਾਹਿਬ ਨੂੰ ਮੰਨਦਾ ਹੈ, ਅਕਾਲ ਤਖ਼ਤ ਸਾਹਿਬ ਨੂੰ ਮੰਨਣ ਵਾਲਾ ਬੰਦਾ ਬਿਲਕੁਲ ਨੀ ਬੋਲਦਾ। ਇਸ ਕਰਕੇ ਇਹਦੇ ਇਹਨਾਂ ਨੂੰ ਤਾਂ ਅਕਾਲ ਤਖ਼ਤ ਨਾਲ ਤਾਂ ਦੁਨਿਆਵੀ ਤਾਕਤ ਹੈ, ਜਿਹੜੀ ਦੁਨਿਆਵੀ ਰਿਪੋਰਟ ਹੈ ਤੁਹਾਡੀ ਵਾਲੀਆ ਜੀ, ਉਹ ਕੋਰਟ ਨੇ ਦਿਖਾਤਾ ਕਿ ਕੋਟਕਪੂਰੇ ਜਵਾਨਤ ਹੋਈ ਹੋਈ ਹੈ ਸੁਖਬੀਰ ਬਾਦਲ ਦੀ, ਕੋਟਕਪੂਰੇ ਜਵਾਨਤ ਕਹੀ ਬੁੱਢੇ ਬਾਦਲ ਦੀ ਵੀ ਹੋਈ, ਉਹਦਾ ਜਦ ਰੱਬ ਨੂੰ ਪਿਆਰਾ ਹੋ ਗਿਆ ਉਹਦੀ ਕੀ ਗੱਲ ਕਰੀਏ। ਉਹ ਕਿਤੇ ਇਹ ਨਾ ਹੋਵੇ ਇਧਰੋਂ ਤੁਸੀਂ ਪ੍ਰੈਸ਼ਰ ਪਾ ਕੇ ਵੀ ਸਾਡੇ ਬਣਾਏ ਜਥੇਦਾਰ ਨੇ ਇਹਨਾਂ ਤੋਂ ਬਰੀ ਕਰਾ ਲੈਣ, ਉਹ ਬੰਨ ਦੇਣ। ਇਸ ਲਈ ਇਹ ਵੀ ਬਹੁਤ ਅਤਿ ਜ਼ਰੂਰੀ ਹੈ, ਬਹੁਤ ਗੰਭੀਰ ਇਸ਼ੂ ਹੈ। ਪਰੰਪਰਾਵਾਂ ਛੱਡੀਆਂ ਨੀ, ਜਥੇਦਾਰ ਕਿਵੇਂ ਬਣੇ, ਕਿਵੇਂ ਚੱਕ ਕੇ ਔਲਖ ਸਾਹਿਬ ਤੁਸੀਂ ਨਾਲ ਸੀ, ਕਿਵੇਂ ਕੋਠੀ ਲਿਜਾ ਕੇ ਬਾਦਲ ਦੇ ਝੂਠੇ ਸਰਦੇ ਵਾਲੇ ਦੀ ਸਾਰਾ ਮਾਫੀਆਂ ਦਵਾਈਆਂ,
94 ਲੱਖ ਰੁਪਈਆ, ਇੱਕ ਇੱਕ ਰੁਪਈਆ ਮੱਥਾ ਟੇਕਿਆ ਵਾ, ਉਹ ਅੱਜ ਤੱਕ ਨੀ ਕੋਈ ਦੇ ਰਿਹਾ ਵੀ ਕਿੱਧਰ ਨੂੰ ਗਿਆ। ਕੌਮ ਨੂੰ ਤੁਸੀਂ ਤੋੜ ਰਹੇ ਹੋ ਗੁਰੂ ਘਰਾਂ ਨਾਲੋਂ, ਨਾ ਕਿ ਜੋੜ ਰਹੇ ਹੋ। ਇਸ ਕਰਕੇ ਇਹਦੇ ਲਈ ਰਾਜਨੀਤੀ ਕਰਨ ਨੂੰ ਬੜਾ ਸਮਾਂ ਪਿਆ। ਪਹਿਲਾਂ ਵੀ ਜੇ ਪੰਥ ਨੇ ਇੰਨੀਆਂ ਕੁਰਬਾਨੀਆਂ ਤੋਂ ਬਾਅਦ ਕਿੰਨੀ ਵਾਰੀ ਸਰਕਾਰ ਬਣਾ ਸੀ ਜੀ, ਹੁਣ ਵੀ ਬਣ ਜਾਣੀ ਹੈ, ਪਰ ਪਹਿਲਾਂ ਸਾਫ਼ ਹੋ ਜਾਓ, ਗੁਰੂ ਨੂੰ ਗੁਰੂ ਮੰਨ ਲਓ, ਦੇਹਧਾਰੀਆਂ ਦਾ ਖਹਿੜਾ ਛੱਡ ਦਿਓ। ਜੇ ਅੱਜ ਵੀ ਦੇਹਧਾਰੀਆਂ ਕਿੰਨੀ ਝਾਕੂਗੇ ਜੀ। ਸੋਨੀ ਸਾਹਿਬ ਤੁਸੀਂ ਆਪਣਾ ਸੁਨੇਹਾ ਦਿੱਤਾ ਕੌਮ ਨੂੰ, ਪਰ ਗੱਲ ਇਹ ਹੈ ਮਸਲਾ ਸੱਚਮੁੱਚ ਹੀ ਹੋਰ ਉਲਝਾ ਦਿੱਤਾ ਗਿਆ, ਇਸ ਕਰਕੇ ਲਿਆ ਦਿੱਤਾ ਗਿਆ। ਦੇਖੋ ਇਹ ਗੱਲ ਸਮਝ ਤਾਂ ਆਉਂਦੀ ਸੀ ਕਿ ਕਿਤੇ ਇਹ ਸਿਆਸੀ ਡਰਾਮਾ ਨਾ ਹੋਵੇ, ਮੈਂ ਵੱਖਰੇ ਤੌਰ ਤੇ ਵੀਡੀਓ ਪਾਈ ਹੋਈ ਹੈ ਕਿ ਮੈਨੂੰ ਇਹ ਸਿਆਸੀ ਡਰਾਮਾ ਲੱਗਦਾ, ਤੁਸੀਂ ਜਾ ਕੇ ਰਜਿੰਦਰ ਵਾਲੀ ਯੂਟਿਊਬ ਚੈਨਲ ਤੇ ਦੇਖ ਵੀ ਸਕਦੇ। ਪਰ ਜਿਹੜੀ ਗੱਲ ਹੁਣ ਹੋਰ ਉਲਝਾਉਣ ਵਾਲੀ ਹੈ, ਇਹਨੂੰ ਵੀ ਸਮਝਣ ਦੀ ਲੋੜ ਹੈ। ਇਹ ਇਸ ਤਰ੍ਹਾਂ ਹੈ ਕਿ ਇਹ ਕਿਹਾ ਜਾਂਦਾ ਵੀ ਸਾਰੇ ਅਸਤੀਫਾ ਦੇਣ, ਵਿੱਚ ਹੀ ਸੁਧਾਰ ਲੈ ਰਹੇ ਵੀ ਅਸਤੀਫਾ ਦੇਣ, ਕਿਉਂਕਿ ਸਾਰਿਆਂ ਨੇ ਗੁਨਾਹ ਕੀਤੇ ਨੇ। ਇਹ ਮੰਗ ਉੱਠ ਰਹੀ ਹੈ ਲਗਾਤਾਰ ਸੋਸ਼ਲ ਮੀਡੀਆ ਤੇ ਸੁਖਬੀਰ ਸਿੰਘ ਬਾਦਲ ਨੇ ਤਾਂ ਅਸਤੀਫਾ ਦੇ ਤਾ। ਹੁਣ ਗੱਲ ਹੈ ਵੀ ਇਹ ਅਸਤੀਫਾ ਵੀ ਦੇਤਾ ਨਹੀਂ ਵੀ ਦਿੱਤਾ, ਅਸਤੀਫਾ ਦਿੱਤਾ ਪ੍ਰਵਾਨ ਵੀ ਨੀ ਹੋਇਆ, ਰੱਦ ਵੀ ਨੀ ਹੋਇਆ, ਤੇ ਹੁਣ ਕਿ ਸਟੇਟਸ ਕੀ ਹੈ? ਅਕਾਲ ਤਖ਼ਤ ਸਾਹਿਬ ਕਿਹਨੂੰ ਕਹੇ ਕਿ ਅਸਤੀਫਾ ਦਿਓ? ਫਿਰ ਮੈਂ ਜਿਹੜੇ ਸਾਹਿਬ ਉਹ ਕਹਿਣਗੇ ਅਸਤੀਫਾ ਦਿੱਤਾ ਹੋਇਆ, ਪ੍ਰਵਾਨ ਹੋਇਆ ਨੀ। ਇੱਕ ਨਵਾਂ ਭੰਬਰ ਭੂਸ਼ਾ ਖੜਾ ਕਰਤਾ ਜਿਹਦੇ ਅੱਜ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਪਿਆਰੇ ਦਰਸ਼ਕੋ, ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਉਹਨਾਂ ਦਾ ਧੰਨਵਾਦ ਕਰੀਏ। ਪ੍ਰਿਤਪਾਲ ਸਿੰਘ ਪੰਨੂ ਸਾਹਿਬ, ਉਪਜੀਤ ਸਿੰਘ ਬਰਾੜ ਸਾਹਿਬ, ਪਰਮਜੀਤ ਸਿੰਘ ਸੋਹਲੀ ਜੀ, ਸੁਖਵਿੰਦਰ ਸਿੰਘ ਔਰਖ ਸਾਹਿਬ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਬਹੁਤ ਅਹਿਮ ਨੁਕਤੇ ਉਠਾਏ ਨੇ ਤੁਸੀਂ, ਤੁਹਾਡਾ ਧੰਨਵਾਦ। ਪਿਆਰੇ ਦਰਸ਼ਕੋ, ਤੁਹਾਡਾ ਧੰਨਵਾਦ। ਤੁਸੀਂ ਇਸ ਚਰਚਾ ਨੂੰ, ਮੈਨੂੰ ਪੂਰਾ ਯਕੀਨ ਹੈ, ਸੱਥਾਂ ਚ ਲੈ ਕੇ ਜਾਓਗੇ, ਚਰਚਾ ਕਰੋਗੇ, ਕਿਤੇ ਨਾ ਕਿਤੇ ਕੋਈ ਰਾਹ ਮਿਲੂਗਾ। ਇਹ ਆਸ ਤੇ ਇਸ ਅਰਦਾਸ ਦਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। Scan QR code to contact us. Rodis Inc. Million miles with smile, or scan QR code to contact us. Flankbird Truck Repair, trust we build in truck repair, or scan QR code to contact us. The Masala Twist Oxnard Fine Authentic Indian Cuisine, or scan QR code to contact us. Pizza Twist, taste with twist, order today, call or visit website, or scan QR code to contact us. New India Market, or scan QR code to contact us. Taba Indian Cuisine, Tracy Fine Authentic Indian Cuisine in Tracy, or scan QR code to contact us. Bila Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Appa Kadahi made and served with love. Scan this QR code to contact us. Krishan Kumar Covered California, certified agency manager who can help you, your family and your small business with health insurance. Call at 1-877-830-3270 or scan QR code to call or text.